ਸਾਸ਼ਰੋਕਾਲ ਤੁਸੀਂ ਵੇਖ ਰਹੇ ਹੋ ਫਾਸਟ ਵੇ ਅੰਮ੍ਰਿਤਸਰ ਖਬਰਨਾਮਾ। ਮੈਂ ਹਾਂ ਦੇਵਿਕਾ ਚੈਨ ਤੇ ਹੁਣ ਸਭ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ। ਖਾਲਸਾ ਸਾਜਨਾ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਮੜਿਆ ਸੰਗਤਾਂ ਦਾ ਸੈਲਾਬ। ਵਿਸਾਖੀ ਦੇ ਮੌਕੇ ਤੇ ਸ੍ਰੀ ਦੁਰਗਿਆਨਾ ਮੰਦਿਰ ਵਿਖੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਠਾਕੁਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਾਕਾ ਜਲਿਆਂਵਾਲਾ ਬਾਗ ਨੂੰ ਹੋਏ 105 ਸਾਲ ਪੂਰੇ, ਸ਼ਹੀਦਾਂ ਨੂੰ ਭੇਂਟ ਕੀਤੀ ਸ਼ਰਧਾਂਜਲੀ। ਅਤੇ ਹੁਣ ਖਬਰਾਂ ਵਿਸਤਾਰ ਨਾਲ। ਵਿਸਾਖੀ ਅਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਸੰਬੰਧ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਗੱਲਬਾਤ ਕਰਦਿਆਂ ਹੋਇਆ ਸੰਗਤਾਂ ਨੇ ਆਖਿਆ ਕਿ ਉਹ ਬੜੇ ਹੀ ਵੱਡ ਭਾਗੀ ਹਨ ਕਿ ਉਹਨਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਦਾ ਮੌਕਾ ਮਿਲਿਆ। ਉਹਨਾਂ ਨੇ ਆਖਿਆ ਕਿ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਉਹ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕਰਦੇ ਹਨ। ਅੱਜ ਵਿਸਾਖੀ ਵਾਲੇ ਦਿਨ ਮੈਂ ਸੰਗਤਾਂ ਨੂੰ ਵੇਖ ਕੇ ਬਹੁਤ ਨਿਹਾਲ ਹੈ। ਗੁਰੂ ਜੀ ਦਾ ਦਿਨ ਮਨਾਇਆ ਹੋਇਆ, ਸੰਗਤਾਂ ਅੱਜ ਆਣ ਕੇ ਪਵਿੱਤਰ ਸਥਾਨ ਤੇ ਇਸ਼ਨਾਨ ਕਰਕੇ ਦੂਰੋਂ ਲੇੜੀਆਂ ਆਈਆਂ ਸੰਗਤਾਂ ਨੂੰ ਸਾਰਿਆਂ ਨੂੰ ਮੈਂ ਸਿਰ ਝੁਕਾ ਕੇ ਨਮਸਕਾਰ ਕਰਦਾ ਵਾਂ। ਗੁਰੂ ਦੀ ਸੇਵਾ ਯੋਗ ਸਾਰਿਆਂ ਨੂੰ ਨਮਸਕਾਰ ਕਰਦਾ। ਜਿੱਥੋਂ ਜਿੱਥੋਂ ਸੰਗਤ ਚੱਲ ਕੇ ਆਈ ਹੈ, ਧੰਨ ਭਾਗ ਹੈ, ਪਿਛਲੇ ਕਰਮਾਂ ਦੇ ਮੁਤਾਬਕ ਦੇ ਉੱਤੇ ਗੁਰੂ ਦੀ ਗੋਦ ਦੇ ਵਿੱਚ ਸੰਗਤ ਆਉਂਦੀ ਆ ਅਤੇ ਸਾਡੇ ਕਰਮਾਂ ਮੁਤਾਬਕ ਤੇ ਆਣ ਕੇ ਜਦੋਂ ਸੰਗਤ ਵਿੱਚ ਆਉਂਦੇ ਹਾਂ, ਜੇ ਵੈਰ ਵਿਰੋਧ ਨੂੰ ਮਿਟਾ ਦਈਏ ਤਾਂ ਫਿਰ ਗੁਰੂ ਦੀ ਸੰਗਤ ਵਿੱਚ ਆਣ ਕੇ ਰਸ ਆਉਂਦਾ ਹੈ। ਗੁਰਬਾਣੀ ਕਹਿੰਦੀ, ਜਿਨ ਚਾਖਿਆ ਤਿਨ ਆਇਆ ਸਵਾਦ, ਨਾਨਕ ਸਿਮਰੀਏ ਪੂਰੇ ਭਾਗ। ਅਸੀਂ ਡੇਰਾ ਬਾਬਾ ਨਾਨਕ ਤੋਂ ਆਏ ਹਾਂ, ਸਾਡੇ ਉੱਥੋਂ ਦੇ ਹਾਂ, ਅਸੀਂ ਰਹਿਣ ਵਾਲੇ ਪਿੰਡ ਸ਼ਿਕਾਰ ਤੋਂ ਅਸੀਂ ਇੱਥੇ ਆਏ ਹਾਂ, ਮਤਲਬ ਨਤਮਸਤਕ ਹੋਣ ਵਾਸਤੇ। ਇੱਥੇ ਬਹੁਤ ਹੀ ਰੌਣਕਾਂ ਹਨ, ਪਰਮਾਤਮਾ ਦੀ ਅਪਾਰ ਕਿਰਪਾ। ਇੱਥੇ ਹਰ ਦੁਖਿਆਰਾ ਬੰਦਾ ਇੱਥੇ ਦੁੱਖ ਨਿਵਾਰਨ ਹੋ ਕੇ ਜਾਂਦੇ ਆ। ਅਰਦਾਸ ਬੇਨਤੀ ਕਿ ਸਰਬੱਤ ਦਾ ਭਲਾ ਕਰੋ। ਇੱਥੇ ਹਰ ਇੱਕ ਜੋ ਵੀ ਆਏਗਾ ਨਾ, ਸਭ ਇਹੀ ਅਰਦਾਸ ਕਰਨਗੇ ਕਿ ਸਰਬੱਤ ਦਾ ਭਲਾ, ਕਿਉਂਕਿ ਸਾਡੀ ਅਰਦਾਸ ਵਿੱਚ ਹੀ ਇਹੀ ਅਰਦਾਸ ਬੇਨਤੀ ਹੈ ਕਿ ਸਰਬੱਤ ਦਾ ਭਲਾ, ਸਰਬੱਤ ਦਾ ਭਲਾ ਹੀ ਮੰਗਦੇ ਹਾਂ। ਅੱਜ ਖਾਲਸੇ ਦਾ ਜਨਮ ਦਿਹਾੜਾ ਹੈ ਅਤੇ ਅੱਜ ਉਹ ਦਿਹਾੜਾ ਹੈ ਜਿੱਦਾਂ ਕਿਸੇ ਦੁਨੀਆਂ ਦੇ ਵਿੱਚ ਕਿਸੇ ਕੌਮ ਦਾ ਜਨਮ ਦਿਹਾੜਾ ਨਹੀਂ ਮਨਾਇਆ ਜਾਂਦਾ। ਇੱਕ ਖਾਲਸਾ ਪੰਥ ਹੈ ਜਿਹਦਾ ਜਨਮ ਦਿਹਾੜਾ ਮਨਾਇਆ ਜਾਂਦਾ। ਇਹ ਦਸਵੇਂ ਪਾਤਸ਼ਾਹ ਦੇ ਪਰਉਪਕਾਰ ਨੇ ਪੰਥ ਉੱਤੇ, ਜਿਨ੍ਹਾਂ ਨੇ ਐਡਾ ਵੱਡਾ ਪਰਉਪਕਾਰ ਕਰਕੇ ਸਾਨੂੰ ਇਹ ਦਿਹਾੜਾ ਦਿੱਤਾ ਹੈ। ਇਸ ਦਿਨ ਨੂੰ ਸੰਗਤਾਂ ਬਹੁਤ ਉਤਸ਼ਾਹ ਨਾਲ ਮਨਾਉਂਦੀਆਂ ਨੇ, ਜਿਵੇਂ ਇੱਥੇ ਨਹੀਂ ਇਕੱਲੇ ਦਰਬਾਰ ਸਾਹਿਬ ਸੱਚਖੰਡ ਵਿਖੇ ਨਹੀਂ, ਸਾਰੇ ਜਿੱਥੇ ਵੀ ਦੁਨੀਆਂ ਦੇ ਵਿੱਚ ਕਿਤੇ ਗੁਰੂ ਘਰ ਹੈ ਉੱਥੇ ਸਾਰੇ ਬੜੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਇਹ ਦਿਹਾੜਾ ਜਦੋਂ ਆਪਣਾ ਸੀਸ ਦੇ ਕੇ ਪੰਜ ਪਿਆਰੇ ਨੇ ਗੁਰੂ ਤੋਂ ਅੰਮ੍ਰਿਤ ਲਿਆ ਸੀ ਅਤੇ ਗੁਰੂ ਸਾਹਿਬ ਨੇ ਆਪ ਉਹਨਾਂ ਨੂੰ ਚੇਲਾ ਬਣ ਕੇ ਉਹਨਾਂ ਤੋਂ ਅੰਮ੍ਰਿਤ ਛਕਿਆ ਸੀ, ਮੈਂ ਸਮੁੱਚੇ ਖਾਲਸਾ ਪੰਥ ਨੂੰ ਇਸ ਦਿਹਾੜੀ ਦੀਆਂ ਬਹੁਤ ਮੁਬਾਰਕਾਂ ਦਿੰਦਾ। ਵਿਸਾਖੀ ਅਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਮੌਕੇ ਦੇ ਉੱਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਅੰਮ੍ਰਿਤਸਰ ਫਾਸਟ ਵੇ ਖਬਰਨਾਮਾ ਜੀ, ਕੈਮਰਾਮੈਨ ਪਰ ਸ਼ਰਮਾ ਦੇ ਨਾਲ ਰਕੇਸ਼ ਕੁਮਾਰ। ਦੁਰਗਿਆਨਾ ਮੰਦਿਰ ਵਿਖੇ ਵਿਸਾਖੀ ਦਾ ਪਰਵ ਬੜੀ ਹੀ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਠਾਕੁਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਨਵ ਜਨਮੇ ਬੱਚਿਆਂ ਨੂੰ ਪੰਚਾਮ੍ਰਿਤ ਪਿਲਾ ਕੇ ਸਭ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਗਈ ਅਤੇ ਹਰ ਕੀ ਪੌੜੀ ਵਿਖੇ ਇਸ਼ਨਾਨ ਕਰਕੇ ਸਭ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਗਈ।
ਆਜ ਸ੍ਰੀ ਦੁਰਗਿਆਣਾ ਮੰਦਿਰ ਮੈਂ ਵਿਸਾਖੀ ਕੇ ਉਪਲਕਸ਼ਯ ਪਰ ਨਵਜਾਤ ਸ਼ਿਸ਼ੂਆਂ ਕੇ ਲੀਏ ਦੁਰਗਿਆਣਾ ਕਮੇਟੀ ਕੀ ਤਰਫ ਸੇ ਵਿਸ਼ੇਸ਼ ਇੰਤਜ਼ਾਮ ਕੀਆ ਗਿਆ ਹੈ। ਉਸ ਮੈਂ ਪਰਿਕਰਮਾ ਮੈਂ ਹਰ ਕੀ ਪੌੜੀ ਮੈਂ ਬੱਚੋਂ ਕੋ ਨਵਜਾਤ ਸ਼ਿਸ਼ੂਆਂ ਕੋ ਜਲ ਛਕਾਇਆ ਜਾਤਾ ਹੈ, ਜਿਸ ਚ ਬੱਚੋਂ ਕੀ ਸਤਬੁੱਧੀ ਬਰੇ, ਬੱਚੋਂ ਕੀ ਦੀਰਘਾਯੂ ਹੋ, ਇਸ ਲਈ ਬੱਚੋਂ ਕੋ ਜਲ ਛਕਾਇਆ ਜਾਤਾ ਹੈ। ਔਰ ਸਭੀ ਦੂਰ ਦੂਰ ਸੇ ਭਗਤ ਆ ਰਹੇ ਹੈ, ਲਕਸ਼ਮੀ ਨਾਰਾਇਣ ਜੀ ਕਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਹੈ ਔਰ ਆਪਣੀ ਮਨੋਕਾਮਨਾ ਪੂਰਨ ਕਰ ਰਹੇ ਹੈ। ਅੱਜ ਹਮ ਦੁਰਗਿਆਣਾ ਟੈਂਪਲ ਆਏ ਹੈ, ਅੱਜ ਵਿਸਾਖੀ ਕਾ ਉਤਸਵ ਹੈ, ਅੱਜ ਹਮ ਬੱਚੋਂ ਕੋ ਮੰਦਿਰ ਮੇ ਪਾਣੀ ਚਖਾਨੇ ਆਏ ਹੈ, ਇਹ ਹਮਾਰੇ ਪਰੰਪਰਾ ਹੈ ਬੜੋ ਕੀ, ਇਸ ਲਈ ਹਮ ਬੱਚੋਂ ਕੋ ਮੰਦਿਰ ਮੇ ਮਾਥਾ ਟਿਕਾਨੇ ਔਰ ਪਾਣੀ ਚਖਾਨੇ ਆਏ ਹੈ। ਕਿਉਂਕਿ ਵੱਡੇ ਦੀ ਪਰੰਪਰਾ ਬਣੀ ਹੋਈ ਹੈ, ਇਸ ਕਰਕੇ ਵਿਸਾਖੀ ਦੇ ਜਲ ਛਕਾਇਆ ਜਾਂਦਾ ਬੱਚਿਆਂ ਨੂੰ। ਬੱਚੇ ਨੂੰ ਪਹਿਲੇ ਦਿਨ ਇਸ ਦਿਨ ਨਾ ਪਾਣੀ ਛਕਾਇਆ ਜਾਂਦਾ ਹੈ, ਤੇ ਇਸ ਲਈ ਵਿਸਾਖੀ ਵਾਲੇ ਦਿਨ ਪਰੰਪਰਾ ਹੈਗੀ ਹੈ ਸਾਡੀ, ਇਸ ਕਰਕੇ ਉਹਨਾਂ ਨੂੰ ਪਹਿਲੇ ਦਿਨ ਪਾਣੀ ਛਕਾ ਲਈ ਲੈ ਕੇ ਆਏ ਸੀ। ਵਿਸਾਖੀ ਤੇਰੀ ਬੁੱਕਲ ਦੇ ਵਿੱਚ ਛੁੱਟੀਆਂ ਹੋਈਆਂ ਕਈ ਗੱਲਾਂ ਨੇ, ਕਿਤੇ ਪਾਉਂਦੇ ਗੱਭਰੂ ਭੰਗੜਾ, ਕਿਤੇ ਕੁਰਬਾਨੀ ਦੀਆਂ ਛੱਲਾਂ ਨੇ। ਅੱਜ ਵਿਸਾਖੀ ਦਾ ਜਿਹੜਾ ਪਰਵ ਹੈ, ਪਵਿੱਤਰ ਦਿਹਾੜਾ, ਸਮੁੱਚੇ ਸੰਸਾਰ ਦੇ ਵਿੱਚ ਵਧੀਆ ਹੀ ਹਰਸੋਲਾਸ ਨਾਲ ਮਨਾਇਆ ਜਾ ਰਿਹਾ ਹੈ। ਉੱਤੇ ਹੀ ਉੱਤਰ ਭਾਰਤ ਦੇ ਪ੍ਰਸਿੱਧ ਮੰਦਿਰ ਸ਼੍ਰੀ ਦੁਰਗਿਆਣਾ ਤੀਰਥ ਵਿਖੇ ਨਵ ਜੰਮੇ ਬੱਚਿਆਂ ਨੂੰ ਅੱਜ ਪੰਚ ਅੰਮ੍ਰਿਤ ਜਿਹੜਾ ਪਿਆਇਆ ਜਾ ਰਿਹਾ ਹੈ। ਨਾਲ ਹੀ ਹਰਕੀ ਪੌੜੀ ਵਿਖੇ ਸੰਗਤਾਂ ਵੱਲੋਂ ਇਸ਼ਨਾਨ ਕੀਤਾ ਜਾ ਰਿਹਾ ਹੈ। ਠਾਕਰ ਜੀ ਵੱਲੋਂ ਸਭ ਦੇ ਭਲੇ ਦੀ ਅਰਦਾਸ, ਬੇਨਤੀ ਦੀ ਅਰਦਾਸ ਕੀਤੀ ਜਾ ਰਹੀ ਹੈ। ਅਤੇ ਇੱਥੇ ਹੀ ਸਾਡੀ ਫਾਸਟਫੇਟ ਟੀਮ ਵੱਲੋਂ ਵੀ ਜਿੱਥੇ ਵਿਸਾਖੀ ਦੀਆਂ ਸਮੁੱਚੇ ਸੰਸਾਰ ਨੂੰ, ਪੰਜਾਬ ਵਾਸੀਆਂ ਨੂੰ, ਦੇਸ਼ਾਂ ਵਿਦੇਸ਼ ਵਿੱਚ ਰਹਿ ਰਹੇ NRA ਵੀਰਾਂ ਨੂੰ ਵਿਸਾਖੀ ਦੀਆਂ ਮੁਬਾਰਕ, ਉੱਥੇ ਹੀ ਨਵਾਂ ਸਾਲ 2081 ਦੀਆਂ ਵਿਕਰਮਤੀ ਸੰਮਤ ਦੀਆਂ ਲੱਖ ਲੱਖ ਮੁਬਾਰਕਾਂ। ਕੈਮਰਾਮੈਨ ਰਾਜਨ ਕੁਮਾਰ ਦੇ ਨਾਲ ਸੁਸ਼ੀਲ ਸ਼ਰਮਾ, ਫਾਸਟਫੇਟ ਨਿਊਜ਼, ਅੰਮ੍ਰਿਤਸਰ। ਸ਼ਹੀਦਾਂ ਦੀ ਧਰਤੀ ਜਲਿਆਂਵਾਲਾ ਬਾਗ ਵਿਖੇ ਸਾਬਕਾ ਕੌਂਸਲਰ ਵਿਕਾਸ ਸੋਨੀ ਵੱਲੋਂ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸਾਬਕਾ ਸਾਂਸਦ ਸ਼ਵੇਤ ਮਲਿਕ, ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ, ਬੀਜੇਪੀ ਦੇ ਸੀਨੀਅਰ ਨੇਤਾ ਡਾਕਟਰ ਰਾਜਕੁਮਾਰ ਵੇਰਕਾ, ਬੀਜੇਪੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ, ਬੀਜੇਪੀ ਦੇ ਸੀਨੀਅਰ ਨੇਤਾ ਗੁਰਪ੍ਰਤਾਪ ਸਿੰਘ ਟਿੱਕਾ, ਸਾਬਕਾ ਵਿਧਾਇਕ ਬੋਨੀ ਅਜਲਾਨਾ ਸਮੇਤ ਵੱਡੀ ਗਿਣਤੀ ਵਿੱਚ ਮੈਂਬਰਸ ਵੱਲੋਂ ਸ਼ਹੀਦਾਂ ਨੂੰ ਯਾਦ ਕਰ ਸ਼ਰਧਾਂਜਲੀ ਭੇਟ ਕੀਤੀ ਗਈ। ਬੜੀ ਪੀਸਫੁਲ ਬੈਠਕ ਚੱਲ ਰਹੀ ਸੀ ਜਲਿਆਂਵਾਲੇ ਬਾਗ ਦੇ ਵਿੱਚ, ਜਿਹਦੇ ਵਿੱਚ ਲੋਕਤਾਂਤਰਿਕ ਤਰੀਕੇ ਦੇ ਨਾਲ ਵਿਰੋਧ ਹੋ ਰਿਹਾ ਸੀ ਰੌਲੇ ਟੈਕਸ ਦਾ। ਉਸ ਸਮੇਂ ਬ੍ਰਿਗੇਡੀਅਰ ਜਨਰਲ ਡਾਇਰ ਨੇ ਹੁਕਮ ਦੇ ਕੇ ਉਹ ਨਿਰਦੋਸ਼ ਲੋਕ ਜਿਹੜੇ ਇੱਥੇ ਇਕੱਠੇ ਹੋਏ ਸੀ ਹਜ਼ਾਰਾਂ ਦੀ ਸੰਖਿਆ ਵਿੱਚ, ਉਹਨਾਂ 'ਤੇ ਅੰਧਾਧੁੰਦ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਭੈਣਾਂ, ਮਾਤਾਵਾਂ, ਬੱਚੀਆਂ, ਬੱਚੇ, ਨਿਰਦੋਸ਼ ਲੋਕ ਜਿਹੜੇ ਸੀਗੇ ਉਹ ਸ਼ਹੀਦ ਹੋ ਗਏ। ਔਰ ਇੱਥੇ ਇੱਕ ਸ਼ਹੀਦੀ ਕੂਆ ਹੈ, ਅਸੀਂ ਸਭ ਦੇਖਦੇ ਹਾਂ, ਉਹ ਸ਼ਹੀਦੀ ਕੂਆ ਜਿਹੜਾ ਸੀਗਾ ਉਹ ਮ੍ਰਿਤ ਸਰੀਰਾਂ ਦੇ ਨਾਲ ਭਰ ਗਿਆ, ਓਵਰਫਲੋ ਹੋ ਗਿਆ। ਅੱਜ ਜਲਿਆਂ ਬਾਗ ਦਾ ਜਿਹੜਾ ਦਿਨ ਹੈ, ਇੱਕ ਇਤਿਹਾਸਕ ਦਿਨ ਹੈ। ਅੱਜ ਦੇ ਦਿਨ ਸ਼ਹੀਦਾਂ ਨੇ ਸ਼ਰਧਾਂਜਲੀਆਂ ਦਿੱਤੀਆਂ ਔਰ ਸਾਰੇ ਦੇਸ਼ ਵਿੱਚ ਝੰਜੋੜ ਕੇ ਰੱਖਤਾ ਆਜ਼ਾਦੀ ਦੀ ਜਿਹੜੀ ਮਿਸਾਲ ਹੈ ਉਹ। ਮੈਂ ਸਮਝਦਾ ਕਿ ਅੰਮ੍ਰਿਤਸਰ ਜਲਿਆਂਵਾਲੇ ਬਾਗ ਦੇ ਜਦੋਂ ਕਾਂਡ ਹੋਇਆ ਉਦੋਂ ਉਹ ਮਿਸਾਲ ਚੱਲੀ। ਜਲਿਆਂਵਾਲੇ ਬਾਗ 13 ਅਪ੍ਰੈਲ ਨੂੰ ਜਿਹੜਾ ਸਾਡੇ ਇੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਾ ਇੱਕ ਪ੍ਰੋਗਰਾਮ ਹੁੰਦਾ ਹੈ ਜਲਿਆਂਵਾਲ ਟਰੱਸਟ ਵੱਲੋਂ। ਸੋ ਅੱਜ ਸਾਰੇ ਹੀ ਲੋਕ, ਬੜੇ ਬੜੇ ਸ਼ਹਿਰ ਦੇ ਵੱਡੇ ਲੋਕ, ਸਭ ਲੋਕ ਇੱਥੇ ਆ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ। ਔਰ ਅੱਜ ਦੇ ਦਿਨ ਅਸੀਂ ਸ਼ਹੀਦਾਂ ਨੂੰ ਯਾਦ ਵੀ ਕਰਦੇ ਹਾਂ, ਕਿਉਂਕਿ ਜਿਹੜਾ 1919 'ਚ ਅੱਜ ਤੋਂ 105 ਸਾਲ ਪਹਿਲਾਂ ਸਾਡੇ ਨਾਲ ਜਿਹੜਾ ਇਹ ਵਾਪਰਿਆ ਸੀ, ਪਾਣਾ ਵਾਪਰਿਆ ਸੀ, ਅੱਜ ਉਹ ਹਰ ਸਾਲ ਇਹ ਪ੍ਰੋਗਰਾਮ ਇੱਥੇ ਕੀਤਾ ਜਾਂਦਾ। ਉਹ ਸ਼ਹੀਦਾਂ ਨੂੰ, ਉਹਨਾਂ ਦੇ ਪਰਿਵਾਰ ਵੀ ਆਉਂਦੇ ਨੇ, ਉਹਨਾਂ ਨੂੰ ਵੀ ਮਿਲ ਲਈ ਇਹਦਾ ਔਰ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਂਦੀ ਹੈ। ਥਾਣਾ ਛਿਆਟਾ ਦੇ ਏਰੀਆ ਵਿੱਚ ਜੱਬਰ ਜਿਨਾਹ ਦੇ ਮਾਮਲੇ ਵਿੱਚ ਲੋੜੀਂਦਾ ਦੋਸ਼ੀ 2 ਘੰਟਿਆਂ ਅੰਦਰ ਕਾਬੂ ਕੀਤਾ ਗਿਆ।
ਅਤੇ ਉਸ ਪਾਸੋਂ ਮੁਕਦਮੇ ਵਿੱਚ ਵਰਤੀ ਕਾਰ ਬਰਾਮਦ ਕਰ ਮਾਮਲਾ ਦਰਜ ਕੀਤਾ ਗਿਆ। ਇਸ ਸੰਬੰਧੀ DCP ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਅੱਜ ਸਵੇਰੇ 112 ਤੇ ਇੱਕ ਕੰਪਲੇਂਟ ਆਈ ਸੀ, ਜਿਸ ਦੇ ਵਿੱਚ ਮਦਈਆ ਨੇ ਦੱਸਿਆ, ਕੰਪਲੇਨਰ ਨੇ, ਕਿ ਉਹ ਤੇ ਉਹਦੀ ਫਰੈਂਡ ਸਵੇਰੇ ਜਿਹੜਾ ਸ਼ੇਰਾਂ ਵਾਲਾ ਗੇਟ ਆ ਉਹਦੇ ਕੋਲ ਖੜੀਆਂ ਸਨ, ਤਾਂ ਉਹਨਾਂ ਨੇ ਉੱਥੇ ਚਾਰ ਲੜਕੇ ਆਏ ਜਿਹੜੇ ਕਿ ਹੋਂਡਾ ਅਮੇਜ਼ ਕਾਰ 'ਚ ਸੀ। ਉਹਨਾਂ ਦੇ ਨਾਲ ਇਹ ਬੈਠ ਕੇ ਸ਼ਾਟਾ ਏਰੀਆ ਦੇ ਵਿੱਚ ਤਾਜ ਹੋਟਲ ਦੇ ਲਾਗੇ ਕਿਸੇ ਅਨਨੋਨ ਜਗ੍ਹਾ 'ਤੇ ਇਹ ਲੜਕੀਆਂ ਉਹਨਾਂ ਦੇ ਨਾਲ ਆਈਆਂ, ਅਤੇ ਮਦਈਆ ਦੇ ਕਹਿਣ ਮੁਤਾਬਕ ਵੀ ਉੱਥੇ ਇਹ ਅਮਨਦੀਪ ਸਿੰਘ ਅਮਨ ਆ ਗੁਰੂ ਕੇ ਵਡਾਲੀ ਦਾ, ਵੀ ਉਹਨੇ ਜ਼ਬਰਦਸਤੀ ਉਹਦੇ ਨਾਲ ਰੇਪ ਕੀਤਾ ਅਤੇ 3 ਲੜਕੇ ਹੋਰ ਸੀ, ਜਿਸ 'ਤੇ ਇਮੀਜੀਏਟਲੀ FIR 61 ਅੰਡਰ ਸੈਕਸ਼ਨ 376 ਦਰਜ ਕਰਕੇ ਮਾਨਯੋਗ CP ਸਾਹਿਬ ਦੀਆਂ ਹਦਾਇਤਾਂ 'ਤੇ ਇਨਵੈਸਟੀਗੇਸ਼ਨ ਦੀਆਂ ਅਲੱਗ ਅਲੱਗ ਟੀਮਸ ਬਣੀਆਂ, ਜਿਹੜੇ ਪ੍ਰਭਜੋਤ ਵਿਰਕ ADCP City 2 ਨੇ, ਮੈਡਮ ਜਿਹੜੇ ਕ੍ਰਾਈਮ ਅਗੇਂਸਟ ਵੁਮੈਨ ਦੇ DSP ਨੇ ਮੈਡਮ ਅੰਜੂਵਾਲਾ, ਵਰਿੰਦਰ ਖੋਸਾ DSP ਔਰ ਕਮਲਜੀਤ ਸਿੰਘ DSP, ਜਿਹੜੇ ਜਿਨ੍ਹਾਂ ਦੇ ਕੋਲ ਇਸ ਵੇਲੇ ਜਿਨ੍ਹਾਂ ਦੀ ਸੁਪਰਵਿਜ਼ਨ ਵਿੱਚ ਸ਼ਾਟਾ ਥਾਣਾ ਹੈ। ਅਤੇ ਇਮੀਜੀਏਟਲੀ ਇਹਨਾਂ ਨੇ ਬੜਾ ਚੰਗਾ ਟੀਮਸ ਨੇ ਕੰਮ ਕੀਤਾ ਔਰ ਵਿਦਇਨ 2 ਆਵਰਸ ਉਹਨੂੰ ਜਿਹੜਾ ਕਿ ਅਮਨਦੀਪ ਅਮਨ ਆ ਉਹਨੂੰ ਅਰੈਸਟ ਕਰ ਲਿਆ, ਔਰ ਜਿਹੜੇ ਬਾਕੀ 3 ਲੜਕੇ ਆ ਉਹਨਾਂ ਨੂੰ ਵੀ ਇਨਵੈਸਟੀਗੇਸ਼ਨ ਜੁਆਇਨ ਕਰਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਰਹੇ ਸਰਦਾਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਅੰਮ੍ਰਿਤਸਰ ਦੀ ਟੈਕਸਟਾਈਲ ਇੰਡਸਟਰੀ ਨੂੰ ਮੁੜ ਪੈਰਾਂ ਤੇ ਖੜਾ ਕੀਤਾ ਜਾਵੇਗਾ। ਸਰਦਾਰ ਸੰਧੂ ਟੈਕਸਟਾਈਲ ਪ੍ਰੋਸੈਸਰ ਐਸੋਸੀਏਸ਼ਨ ਦੇ ਪ੍ਰਧਾਨ ਕਿਸ਼ਨ ਕੁਮਾਰ ਕੁੱਕੂ ਅਤੇ ਸਾਥੀਆਂ ਵੱਲੋਂ ਕਿਹਾ ਗਿਆ ਕਿ ਸ਼ਹਿਰ ਦਾ ਵਿਕਾਸ ਹੀ ਸਾਡਾ ਏਜੰਡਾ ਹੈ। ਇਸ ਮੌਕੇ ਭਾਜਪਾ ਹਲਕਾ ਉੱਤਰੀ ਦੇ ਇੰਚਾਰਜ ਸੁਖਮਿੰਦਰ ਸਿੰਘ ਪਿੰਟੂ, ਗੌਰਵ ਅਰੋੜਾ, ਡਾਕਟਰ JP ਸਿੰਘ, ਸੰਦੀਪ ਖੋਸਲਾ, ਪ੍ਰਧਾਨ ਫੋਕਲ ਪੁਆਇੰਟ, ਅਮਰ ਬਰੀਸ਼ ਮਹਾਜਨ, ਕਮਲ ਦਾਲਮੀਆ, ਸੰਜੀਵ ਕੰਧਾਰੀ, ਨਰੇਸ਼ ਅਗਰਵਾਲ ਵੀ ਹਾਜ਼ਰ ਸਨ। ਕੀ ਆਪਣੇ ਅੰਮ੍ਰਿਤਸਰ ਦੀ ਹਾਲਤ ਹੈ, ਇੱਥੇ ਡਿਵੈਲਪਮੈਂਟ ਦੀ ਜ਼ਰੂਰਤ ਹੈਗੀ ਕਿ ਨਹੀਂ? ਮੈਨੂੰ ਤਾਂ ਇਹ ਲੱਗਦਾ ਕਿ ਲੋਕ ਡਿਵੈਲਪਮੈਂਟ ਲਈ ਭੁੱਖੇ ਨੇ, ਆਪਣਾ ਸ਼ਹਿਰ ਦੀ ਬਿਊਟੀਫਿਕੇਸ਼ਨ, ਇਨਕਮਾਂ ਸਾਰੀ ਫੈਮਿਲੀਜ਼ ਦੀਆਂ, ਹਾਊਸ ਹੋਲਡ ਦੀਆਂ, ਇੰਡਸਟਰੀ 'ਚ, ਐਗਰੀਕਲਚਰ 'ਚ, ਟੂਰਿਜ਼ਮ 'ਚ, ਫੈਸਿਲਿਟੀਜ਼। ਮੈਂ ਇੱਕੋ ਹੀ ਤੁਹਾਨੂੰ ਫੇਰ ਗੱਲ ਕਹਾਂਗਾ, ਅਗਰ ਇੰਦੌਰ 6 ਸਾਲ 'ਚ ਕਿੱਥੋਂ ਕਿੱਥੇ ਪਹੁੰਚ ਗਿਆ ਤਾਂ ਅੰਮ੍ਰਿਤਸਰ ਦੁਬਾਰਾ ਉੱਥੇ ਨਹੀਂ ਪਹੁੰਚ ਸਕਦਾ, ਉੱਥੇ ਪਹੁੰਚਾਉਣਾ ਆ। ਮੈਂ ਸਮਝਦਾ ਇਹਨਾਂ ਤੋਂ ਵਧੀਆ ਕੋਈ ਕੈਂਡੀਡੇਟ ਨਹੀਂ ਹੈ ਜਿਹਦਾ ਐਡਾ ਲੰਬਾ ਇਤਿਹਾਸ ਹੋਏ, 100 ਸਾਲ ਦਾ ਇਹਨਾਂ ਦੇ ਪਰਿਵਾਰ ਦਾ ਇਤਿਹਾਸ ਹੈ ਪੰਜਾਬ ਦੀ ਸੇਵਾ ਦਾ। ਤਾਂ ਮੈਂ ਸਮਝਦਾ ਵਾਂ ਕਿ ਲੋਕ ਇਹਨਾਂ ਨੂੰ ਬਹੁਤ ਸਮਝ, ਸਰਵੇ ਦੇਖ ਲਓ ਕਿੱਦਾਂ ਬਦਲ ਰਹੇ ਨੇ, ਔਰ BJP ਜਿਹੜੀ ਹੈ ਉਹ ਪੰਜਾਬ ਹੀ ਲੀਡ ਕਰਦੀ ਪਈ ਹੈ। 13 ਦੀ 13 ਸੀਟਾਂ ਕਮਲ ਦੇ ਫੁੱਲ 'ਤੇ BJP ਜਿੱਤੇਗੀ ਔਰ ਮੋਦੀ ਸਾਹਿਬ ਦੀ ਝੋਲੀ 'ਚ ਪਾ ਕੇ, ਅਬ ਕੀ ਵਾਰ 400 ਕੇ ਬਾਅਦ ਤੀਸਰੀ ਵਾਰ ਮੋਦੀ ਸਰਕਾਰ। ਵਿਸ਼ਵ ਪ੍ਰਸਿੱਧ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਵਿਖੇ ਸਾਲ 1919 ਨੂੰ ਇੱਕ ਸਾਕਾ ਹੋਇਆ, ਜਿਸ ਵਿੱਚ ਅੰਗਰੇਜ਼ ਜਨਰਲ ਡਾਇਰ ਵੱਲੋਂ ਬੇਕਸੂਰ ਲੋਕਾਂ ਉੱਪਰ ਗੋਲੀਆਂ ਚਲਾਈਆਂ ਗਈਆਂ। 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਲੋਕਾਂ ਦਾ ਇਕੱਠ ਹੋਇਆ ਜੋ ਕਿ ਅੰਗਰੇਜ਼ਾਂ ਵੱਲੋਂ ਵੇਖਿਆ ਨਹੀਂ ਗਿਆ। ਹਰ ਸਾਲ 13 ਅਪ੍ਰੈਲ ਨੂੰ ਉਸ ਗੋਲੀ ਕਾਂਡ ਵਿੱਚ ਸ਼ਹੀਦ ਹੋਏ ਲੋਕਾਂ ਨੂੰ ਯਾਦ ਕੀਤਾ ਜਾਂਦਾ ਅਤੇ ਸ਼ਰਧਾਂਜਲੀ ਦਿੱਤੀ ਜਾਂਦੀ ਹੈ। 13 ਅਪ੍ਰੈਲ ਨੂੰ ਇੱਕ ਵਾਰ ਫਿਰ ਉਹਨਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ ਗਈ ਅਤੇ ਕੁਝ ਲੋਕਾਂ ਨੇ ਸਾਡੀ ਟੀਮ ਨਾਲ ਗੱਲ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਸ਼ਹੀਦਾਂ ਦੀ ਪ੍ਰਣਾਮ ਕਰਨ ਵਾਸਤੇ ਆਏ ਹਾਂ, ਸਾਡੇ ਬਜ਼ੁਰਗਾਂ ਨੇ
ਜੋ ਸੈਕਰੀਫਾਈਸਿਸ ਕੀਤੀਆਂ ਮੁਲਕ ਨੂੰ ਆਜ਼ਾਦ ਕਰਾਇਆ ਉਹਨਾਂ ਨੂੰ ਪ੍ਰਣਾਮ ਕਰਨਾ ਸਾਡਾ ਬਣਦਾ ਸਾਨੂੰ ਕਰਦੇ ਵੀ ਰਹਿਣਾ ਚਾਹੀਦਾ ਡੈਫੀਨੇਟਲੀ ਹੈਗੀ ਹੈ ਗੌਰਮੈਂਟ ਇਜ਼ ਐਟ ਅ ਲੋਸ ਔਰ ਇਜ਼ ਫੇਲਿੰਗ ਦੇ ਆਰ ਨੋਟ ਐਡਿੰਗ ਦਾ ਚੈਪਟਰ ਟੂ ਦਾ ਕੋਰਸਿਸ ਆਫ ਦਾ ਯੂਥ ਇਨ ਦਾ ਐਜੂਕੇਸ਼ਨ ਸਿਸਟਮ ਜਿਹੜੇ ਨੌਜਵਾਨ ਨੇ ਉਹਨਾਂ ਦੇ ਕੋਲ ਹੀ ਸਾਡਾ ਭਵਿੱਖ ਹੈਗਾ ਉਹਨਾਂ ਦੇ ਕੋਲ ਹੀ ਸਾਡਾ ਦੇਸ਼ ਹੈਗਾ ਹੁਣ ਉਹਨਾਂ ਨੂੰ ਪਾਰਟੀ ਤੋਂ ਉੱਪਰ ਉੱਠ ਕੇ ਦੇਸ਼ ਦੀ ਵਾਸਤੇ ਕਦਰ ਕੀਮਤਾਂ ਕਰਕੇ ਆਪਣੇ ਜਿਹੜੇ ਸਾਡੇ ਲੋਕ ਸ਼ਹੀਦ ਹੋਏ ਨੇ ਬਜ਼ੁਰਗ ਸਾਡੇ ਸ਼ਹੀਦ ਹੋਏ ਨੇ ਉਹਨਾਂ ਨੂੰ ਸ਼ਰਧਾਂਜਲੀ ਦੇ ਕੇ ਵਾਕਡੋਰ ਆਪਣੇ ਹੱਥੇ ਲੈਣੀ ਚਾਹੀਦੀ ਹੈ ਜੀ ਬੱਚੇ ਨੇ ਅੱਜ ਪਾਰਟੀਸਪੇਟ ਕਰਨਾ ਸੀ ਅਤੇ ਦੂਸਰਾ ਜਿਹੜਾ ਸ਼ਰਧਾ ਸੁਮਨ ਭੇਟ ਕਰਨਾ ਆ ਜਿਹੜੇ ਸ਼ਹੀਦ ਹੋਏ ਸੀ 13 April 1919 ਦੇਖੋ ਪ੍ਰਯਾਸ ਤਾਂ ਹੋ ਰਹੇ ਨੇ ਪਰ ਕਾਫੀ ਜਿਹੜੇ ਲੋਕ ਨੇ ਬੱਚਿਆਂ ਨੂੰ ਨਹੀਂ ਪਤਾ ਸਾਡਾ ਜਿਹੜਾ ਸਿਲੇਬਸ ਇਸ ਤਰੀਕੇ ਨਾਲ ਡਿਜ਼ਾਇਨ ਕੀਤਾ ਗਿਆ ਕਿ ਬੱਚੇ ਜਿਹੜੇ ਬਾਹਰ ਜਾਣ ਨੂੰ ਜ਼ਿਆਦਾ ਇੱਛੁੱਕ ਨੇ ਔਰ ਜਿਹੜਾ ਆਪਣੇ ਇਤਿਹਾਸ ਤੋਂ ਅਤੇ ਆਪਣੇ ਜਿਹੜਾ ਸੱਭਿਆਚਾਰ ਕਲਚਰ ਤੋਂ ਵਿਛੜਦੇ ਜਾ ਰਹੇ ਨੇ ਔਰ ਜ਼ਿਆਦਾ ਉਹਨਾਂ ਦਾ ਧਿਆਨ ਵਿਦੇਸ਼ਾਂ ਵੱਲ ਹੀ ਹੋ ਰਿਹਾ ਸਾਡੇ ਜਿਹੜੇ ਨੌਜਵਾਨ ਵਰਗ ਆ ਉਹ ਆਪਣੇ ਇਤਿਹਾਸ ਨਾਲ ਆਪਣੇ ਵਿਰਸੇ ਨਾਲ ਆਪਣੇ ਸ਼ਹੀਦਾਂ ਨਾਲ ਜੁੜਨ ਅਤੇ ਉਹਨਾਂ ਦੇ ਪਦ ਚਿੰਨ੍ਹਾਂ 'ਤੇ ਚੱਲਣ ਅਤੇ ਨਾਲ ਦੀ ਨਾਲ ਜਿਹੜੇ ਲੋਕ ਜਿਹੜੇ ਟੁੱਟ ਰਹੇ ਨੇ ਉਹਨਾਂ ਨੂੰ ਵੀ ਜਿਹੜਾ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਸਰ ਅੱਜ ਦਾ ਦਿਨ ਜਿਹੜਾ ਸਾਡਾ ਜਿਹੜੀ ਸ਼ਹੀਦੀ ਹੈ ਜਿਹੜੀ ਸਾਡੀ ਆਜ਼ਾਦੀ ਦਾ ਬਹੁਤ ਜ਼ਿਆਦਾ ਇੰਪੋਰਟੈਂਟ ਦਿਨ ਹੈ ਇਹਦੇ 'ਚ ਸਾਡੇ ਯਾਨੀ ਕਿ ਜਿਹੜੀ ਨਿਊ ਜਨਰੇਸ਼ਨ ਹੈ ਉਹਨੂੰ ਬਹੁਤ ਸਿੱਖਣ ਲਈ ਮਿਲਦਾ ਜਿਵੇਂ ਮੰਨ ਲਓ ਨਿੱਕੇ ਨਿੱਕੇ ਛੋਟੇ ਛੋਟੇ ਬੱਚੇ ਆ ਉਹ ਬਹੁਤ ਕੁਛ ਸਿੱਖਦੇ ਆ ਇਹ ਚੀਜ਼ਾਂ ਤੋਂ ਠੀਕ ਹੈ ਨਾ ਮੋਟੀਵੇਸ਼ਨ ਮਿਲਦੀ ਆ ਉਹਦੇ 'ਤੇ ਸਾਨੂੰ ਪਤਾ ਲੱਗਦਾ ਸਾਡੇ ਇਤਿਹਾਸ ਬਾਰੇ ਯਾਨੀ ਕਿ ਬਹੁਤ ਵਧੀਆ ਯਾਨੀ ਕਿ ਜਿਹੜਾ ਹੈਗਾ ਸਾਡਾ ਇਹ ਜਿਹੜਾ ਬਣਾਏ ਹੋਈ ਜਗ੍ਹਾ ਦੇਖਣੀ ਚਾਹੀਦਾ ਹਰ ਇੱਕ ਇਨਸਾਨ ਸਰ ਉਹਨਾਂ ਨੂੰ ਹੌਲੀ ਹੌਲੀ ਕਰਕੇ ਜਾਗਰਤੀ ਦੇਣੀ ਪਊਗੀ ਜਿਵੇਂ ਹੁਣ ਡਿਵੈਲਪਮੈਂਟ ਕੀਤੀ ਹੈ ਇਸ ਚੀਜ਼ ਦੀ ਪਹਿਲਾਂ ਤਾਂ ਥੋੜ੍ਹਾ ਹੁੰਦਾ ਸੀਗਾ ਹੁਣ ਬਹੁਤ ਜ਼ਿਆਦਾ ਵਧੀਆ ਬਣ ਗਿਆ ਮੈਂ ਤਾਂ ਕਾਫੀ ਦੇਰ ਬਾਅਦ ਆਇਆ ਇੱਥੇ ਵੀ ਬਹੁਤ ਵਧੀਆ ਨਿਊ ਜਨਰੇਸ਼ਨ ਲਈ ਬਹੁਤ ਵਧੀਆ ਐਫਰਟ ਨੇ ਜਲਿਆਂਵਾਲਾ ਬਾਗ ਵਿੱਚ 1919 ਵਿੱਚ ਜਨਰਲ ਡਾਇਰ ਵੱਲੋਂ ਗੋਲੀ ਚਲਾਈ ਗਈ ਸੀ ਕਾਫੀ ਲੋਕ ਸ਼ਹੀਦ ਹੋਏ ਇਹਦੇ ਵਿੱਚ ਔਰ ਜਿਵੇਂ ਕਿ ਹਿਸਟਰੀ ਅਸੀਂ ਪੜ੍ਹਦੇ ਆ ਰਹੇ ਹਾਂ ਕਿ ਕਈ ਜਾਨਾਂ ਗਈਆਂ ਔਰ ਬੇਕਸੂਰ ਜਿਹੜੇ ਲੋਕ ਸੀਗੇ ਉਹੀ ਮਾਰੇ ਗਏ ਮੋਨੂਮੈਂਟ ਜਿਹੜਾ ਸੀਗਾ ਇੱਕ ਸ਼ਹੀਦੀ ਮੋਨੂਮੈਂਟ ਉਹਨੂੰ ਇੱਕ ਇਹਨਾਂ ਨੇ ਪਾਕ ਦਾ ਰੂਪ ਦੇ ਦਿੱਤਾ ਹੈ ਲੋਕ ਆਉਂਦੇ ਹਨ ਸੈਰ ਕਰਦੇ ਹਨ ਚਲੇ ਜਾਂਦੇ ਹਨ ਹਿਸਟਰੀ ਕਿੰਨਿਆਂ ਨੂੰ ਪਤਾ ਹੈ ਉਹ ਤੁਸੀਂ ਸੁਣ ਲਿਆ ਕੁਛ ਲੋਕ ਗਿਣਤੀ ਦੇ ਹੈਗੇ ਜਿਹਨਾਂ ਨੂੰ ਵਾਕਈ ਪਤਾ ਕਿ ਜਲਿਆਂਵਾਲਾ ਬਾਗ ਦੀ ਅਹਿਮੀਅਤ ਕੀ ਹੈ ਬਾਕੀ ਜਿਹੜੇ ਨੇ ਉਹ ਸਿਰਫ ਘੁੰਮਣ ਆਉਂਦੇ ਹਨ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਬਾਗ ਵੱਲ ਇਸ ਦੀ ਹਿਸਟਰੀ ਵੱਲ ਸਟੂਡੈਂਟਸ ਦਾ ਧਿਆਨ ਜ਼ਰੂਰ ਦਿਵਾਉਣ ਕਿਉਂਕਿ ਕੁਛ ਨਾ ਕੁਛ ਜੋ ਸ਼ਹੀਦ ਕਰਕੇ ਗਏ ਸਾਡੇ ਵਾਸਤੇ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕੈਮਰਾ ਪਰਸਨ ਰਾਕੇਸ਼ ਨਾਲ ਜੇਪੀ ਸਿੰਘ ਫਾਸਟ ਨਿਊਜ਼ ਅੰਮ੍ਰਿਤਸਰ ਆਪ ਸਭ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰਸ ਤੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਤੇ ਗ੍ਰਾਹਕਾਂ ਨੂੰ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹ ਤੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਹੈ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਿਕ ਨੂੰ ਇਤਲਾਹ ਦੇਵੋ ਅੰਮ੍ਰਿਤਸਰ ਪੀਓ ਸਾਫ ਨੂੰ ਕਾਮਯਾਬੀ ਮਿਲੀ ਜਦੋਂ ਉਹਨਾਂ ਵੱਲੋਂ ਮਾਨਯੋਗ ਅਦਾਲਤ ਤੋਂ ਦੋ ਪੀਓ ਕਰਾਰ ਕੀਤੇ ਮੁਲਜ਼ਮ ਕਾਬੂ ਕੀਤੇ ਗਏ ਪੀਓ ਸਾਫ ਦੇ ਇੰਚਾਰਜ ਹਰੀਸ਼ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਾਣਕਾਰੀ ਸਾਂਝੀ ਕੀਤੀ ਮਾਮਲਾ ਅੱਜ ਮਾਨਯੋਗ ਕਮਿਸ਼ਨਰ ਸਾਹਿਬ ਦੇ ਡੀਸੀਪੀ ਇਨਵੈਸਟੀਗੇਸ਼ਨ ਦੀਆਂ ਹਦਾਇਤਾਂ ਦੇ ਅਕੋਰਡਿੰਗ ਮੈਂ ਦੋ ਪੀਓ ਅਰੈਸਟ ਕੀਤੇ ਆ ਮੈਂ ਅਤੇ ਮੇਰੀ ਟੀਮ ਨੇ ਮੋਰਨਿੰਗ ਜਾ ਕੇ ਰੇਡ ਕੀਤਾ ਜਿਹਦੇ ਵਿੱਚ ਸਾਨੂੰ ਦੋ ਪੀਓ ਮਿਲੇ ਆ ਜਿਹੜੇ ਕਿ ਵੱਖ ਵੱਖ ਅਦਾਲਤਾਂ ਦੇ ਵਿੱਚੋਂ ਗੈਰ ਹਾਜ਼ਰ ਨੇ ਜਿਨ੍ਹਾਂ ਦੇ ਮੁਕੱਦਮਾ ਦਰਜ ਹੈ ਇੱਕ ਪੀਓ ਜਿਹੜਾ ਉਹ ਹੈਗਾ ਆਪਣਾ FIR ਨੰਬਰ 173 ਡੇਟਡ 3/7/21 ਅੰਡਰ ਸੈਕਸ਼ਨ 379 411 ਚੋਰੀ ਦਾ ਮੁਕੱਦਮਾ ਇਹ ਥਾਣਾ ਗੇਟ ਕੀਮਾ ਦਾ ਇਹਦਾ ਨਾਂ ਜਿਹੜਾ ਸੁਰਿੰਦਰ ਕੁਮਾਰ ਇਲੀ ਸ਼ਿੰਦਾ ਕਬਾੜੀਆ ਕਹਿੰਦੇ ਇਹਨੂੰ ਇਹ ਸਾਨੂੰ ਭੀਮ ਸੈਨ ਵਾਸੀ ਮੋਚੀਆਂ ਵਾਲਾ ਬਾਜ਼ਾਰ ਅੰਦਰੂਨ ਗੇਟ ਕੀਮਾ ਜਿਹੜਾ ਦੂਸਰਾ ਪੀਓ ਉਹ ਅਦਾਲਤ ਸ਼੍ਰੀ ਪਰਮਿੰਦਰ ਸਿੰਘ ACJMD ਕੋਰਟ ਦੇ ਵਿੱਚੋਂ ਗੈਰ ਹਾਜ਼ਰ ਆ ਅਤੇ
ਇਹਦਾ ਮੁਕੱਦਮਾ ਨੰਬਰ ਹੈਗਾ 283 ਡੇਟਡ 5/12/2021 ਅੰਡਰ ਸੈਸ਼ਨ ਕਾਰਡ 14 ਏ ਸ਼ਰਾਬ ਦਾ ਮੁਕੱਦਮਾ ਇੱਥੇ ਇਹ ਥਾਣਾ ਸਦਰ ਦਾ ਮੁਕੱਦਮਾ ਇਹਦੇ ਨਾਂ ਹੈਗਾ ਅਜੀਤ ਸਿੰਘ ਇਲੀਅਸ ਅਜੇ ਸਨ ਆਫ ਲਖਵਿੰਦਰ ਸਿੰਘ ਵਾਸੀ ਮੁਸਤਫਾਬਾਦ ਬਟਾਲਾ ਰੋਡ ਦਾ ਰਹਿਣ ਵਾਲਾ ਅਤੇ ਇਹ ਗ੍ਰਿਫਤਾਰ ਕੀਤੇ ਨੇ ਦੋਵੇਂ ਇਹਨਾਂ ਦੀ ਅੱਜ ਹੁਣ ਲਿਆ ਕੇ ਪੁੱਛਗਿੱਛ ਕੀਤੀ ਜਾਊਗੀ ਜੇ ਕਿਸੇ ਹੋਰ ਮੁਕੱਦਮੇ ਦੇ ਵਿੱਚ ਵੀ ਇਹ ਗੈਰ ਆਏ ਨੇ ਉਹਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਪਾਈ ਜਾਊਗੀ ਵਰਨਾ ਜਿਹੜੇ ਆ ਜੋ ਦੋ ਮੁਕੱਦਮੇ ਇਹਨਾਂ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਪਾ ਕੇ ਇਹਨਾਂ ਨੂੰ ਵਾਪਸ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ। ਸ਼ਹੀਦ ਕੌਮ ਦਾ ਅਣਮੁੱਲਾ ਸਰਮਾਇਆ ਹੁੰਦੇ ਹਨ ਅਤੇ ਉਹੀ ਕੌਮ ਆ ਜਿਉਂਦਿਆਂ ਰਹਿੰਦੀਆਂ ਹਨ ਜੋ ਆਪਣੇ ਸ਼ਹੀਦਾਂ ਦਾ ਸਤਿਕਾਰ ਕਰਦੀਆਂ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ SDM ਮਨਕਵਲ ਸਿੰਘ ਚਾਹਲ ਜਲਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਂਟ ਕਰਨ ਸਮੇਂ ਕੀਤਾ। ਉਹਨਾਂ ਕਿਹਾ ਕਿ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਸ਼ਹੀਦਾਂ ਦੀ ਧਰਤੀ ਜਲਿਆਂਵਾਲਾ ਬਾਗ ਵਿਖੇ ਵਿਸਾਖੀ ਦੇ ਮੌਕੇ 'ਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਸ ਮੌਕੇ ਦੁਰਗਿਆਨਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲਕਸ਼ਮੀਕਾਂਤਾ ਚਾਵਲਾ ਮੁੱਖ ਤੌਰ 'ਤੇ ਉਪਸਥਿਤ ਹੋਏ। ਇਸ ਮੌਕੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਜੇਤੂ ਬੱਚਿਆਂ ਵਿੱਚ ਇਨਾਮ ਵੀ ਵੰਡੇ ਗਏ। आज से 20 साल पहले 5 अध्यापकों ने, कुलवंत जी है उसमें, अतुल है, माला है, 5 ने मिलके पंच रंग बनाए थे। आज खुशी की बात है वो पंच रंग नहीं 150 रंग हो गए हैं, इतने अध्यापक उनके सदस्य बन गए। और हर वर्ष मौके पर चित्रकला, यहाँ आना शहीदों की धरती पर अपने शहीदों के चित्र बनाना जलियांवाला बाग समेत, ये पंच रंग का एक बहुत अच्छा प्रयास है जो स्कूल के लोग प्रबंधक प्रिंसिपल बच्चों को भेजते हैं, उनका भी धन्यवाद है। और एक बात पक्की है, इन बच्चों की दिल में, दिमाग में, छाती पर जो शहीदों की कहानी लिखी जाएगी वो पीढ़ी दर पीढ़ी चलती रहेगी। खालसा साजना दिवस के संबंध विच गुरुद्वारा श्री गुरु हर राय साहब मजीठा रोड गोपाल नगर भवानी नगर विखे गुरमत समागम करवाया गया। इस मौके प्रबंधक कमेटी के प्रधान सरदार जगदीश सिंह वडाला वालों आईया संगतां नूं जी आया आख्या गया। ਇਸ ਮੌਕੇ ਪ੍ਰਸਿੱਧ ਰਾਗੀ ਢਾਡੀ ਜਥਿਆਂ ਨੇ ਹਰ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸਾਬਕਾ ਮੰਤਰੀ ਅਨਿਲ ਜੋਸ਼ੀ, ਸਾਬਕਾ ਵਿਧਾਇਕ ਸੁਨੀਲ ਦੱਤੀ, ਬੀਜੇਪੀ ਆਗੂ ਸੁਖਮਿੰਦਰ ਪਿੰਟੂ ਨੇ ਹਾਜ਼ਰੀ ਭਰੀ। ਇਸ ਮੌਕੇ ਲਖਬੀਰ ਸਿੰਘ ਗਿੱਲ, ਕਿਰਪਾਲ ਸਿੰਘ, ਰਣਜੀਤ ਸਿੰਘ ਦੋਸਾਂਝ, ਮੈਨੇਜਰ ਸੁਰਜੀਤ ਸਿੰਘ, ਨਾਥ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਸਹਿਜ ਪਾਠ ਤੇ ਭੋਗ ਪਾਏ ਗਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਨੇ ਅੱਜ ਦੇ ਦਿਨ ਖਾਲਸਾ ਸਾਜਨਾ ਦਿਵਸ ਉਸ ਸੰਬੰਧ ਵਿੱਚ ਸਾਰੀ ਗੁਰਦੁਆਰਾ ਕਮੇਟੀ ਆ ਸਭ ਸੰਗਤਾਂ ਦੇ ਸਹਿਯੋਗ ਨਾਲ ਇਹ ਦਿਹਾੜਾ, ਪਵਿੱਤਰ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਅੱਜ ਦੇ ਦਿਨ ਉਹਨਾਂ ਨੇ 5 ਪਿਆਰੇ ਸਾਜੇ ਅਤੇ ਸਾਨੂੰ ਸਿੱਖੀ ਦੀ ਦਾਤ ਦਿੱਤੀ, ਉਹਨਾਂ ਨੇ ਆਪਣਾ ਸਾਰਾ ਸਰਬੰਸ ਸਾਡੇ ਵਾਸਤੇ ਵਰ ਦਿੱਤਾ ਅਤੇ ਸਾਨੂੰ ਉਹਨਾਂ ਨੇ ਕਿਹਾ ਵੀ ਸਾਡੇ ਮੇਰੇ ਕਾਲੇ ਸਾਰੇ ਬੱਚੇ ਇਹ ਨੇ, ਅਸੀਂ ਵੀ ਉਹਨਾਂ ਦੇ ਉੱਤੇ ਰਪੋਰਟ ਚੱਲੀਏ। ਸੰਕ੍ਰਾਂਤੀ ਦੇ ਮੌਕੇ 'ਤੇ ਸ਼੍ਰੀ ਬੜਾ ਹਨੂੰਮਾਨ ਮੰਦਿਰ ਵਿੱਚ ਝੰਡਾ ਲਹਿਰਾਇਆ ਗਿਆ ਅਤੇ ਇਸ ਮੌਕੇ ਦੁਰਗਿਆਨਾ ਕਮੇਟੀ ਦੇ ਮੁਖੀ ਲਕਸ਼ਮੀਕਾਂਤਾ ਚਾਵਲਾ, ADCP-1 ਦਰਪਨ ਕੌਰ ਆਹਲੂਵਾਲੀਆ ਪਹੁੰਚੇ। ਇਸ ਮੌਕੇ 'ਤੇ ਡਾਕਟਰ ਰਕੇਸ਼ ਸ਼ਰਮਾ, ਰਾਜੇਸ਼ ਕੁਮਾਰ ਬੰਟੂ, ਬੰਟੀ ਠਾਕੁਰ, ਯੋਗੇਸ਼ ਮਿੱਤਲ, ਵਿਪਿਨ ਰਾਣਾ, ਅਮਿਤ ਕਪੂਰ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਪਹਿਲੋਂ ਤਾਂ ਵਿਸਾਖੀ ਦੀ ਅਤੇ ਸੰਗਰਾਂਦ ਦੀ ਸਾਰੀ ਧਰਮ ਪ੍ਰੇਮੀ ਜਨਤਾ ਨੂੰ ਬਹੁਤ ਬਹੁਤ ਵਧਾਈ। ਹਰ ਸੰਗਰਾਂਦ ਦੀ ਤਰ੍ਹਾਂ ਜਿਹੜੇ ਰੋਜ਼ ਆਉਣ ਵਾਲੇ ਧਰਮ ਪ੍ਰੇਮੀ ਜਨਤਾ ਜੀ ਮੱਥਾ ਟੇਕਦੀ ਹੈ ਸੰਗਰਾਂਦ ਵਾਲੇ ਦਿਨ ਆ ਕੇ ਝੰਡਾ ਵੀ ਚੜਾਉਂਦੇ, ਅੱਜ ਵਿਸ਼ੇਸ਼ ਕਰ ਸਾਡੇ ਜਿਹੜੇ ਸਾਥੀ ਬੰਟੀ ਜੀ ਨਾਲ ਆਏ ਆ, ਖਾਸ ਕਰ
ਧੰਨ ਲਕਸ਼ਮੀ ਕਾਂਤ ਚਾਵਲਾ ਜੀ ਅਤੇ ਪ੍ਰਧਾਨ ਹਰ ਮਹੀਨੇ ਆਉਂਦੇ ਪਰ ਅੱਜ ਸਾਡੇ ADCP1 ਮੈਡਮ ਦਰਪਨ ਕੌਰ ਵੀ ਆਏ ਆ ਝੰਡਾ ਚੜ੍ਹਾਉਣ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੀ ਨਵੀਂ ਪਨੀਰੀ ਹੁਣ ਰੂਟੀਨ ਨਾਲ ਹਰ ਮਹੀਨੇ ਸੰਗਰਾਂਦ ਵਾਲੇ ਦਿਨ ਪੂਰੇ ਟਾਈਮ ਨਾਲ ਆ ਕੇ ਝੰਡਾ ਚੜ੍ਹਾਉਂਦੀ ਹੈ। ਅੱਜ ਵਿਸਾਖੀ ਦੀ ਅਤੇ ਸੰਗਰਾਂਦ ਦੀ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਆਵੇ। ਅੱਜ ਸਾਰੇ ਸਾਥੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਨਾ ਜਿਹੜੇ ਸਾਡੇ ਨਾਲ ਹਰ ਸੰਗਰਾਂਦ ਨੂੰ ਉੱਥੇ ਆ ਕੇ ਝੰਡਾ ਚੜ੍ਹਾਉਂਦੇ। ਵੈਸੇ ਤਾਂ ਰੋਜ਼ ਆਉਣ ਵਾਲੇ ਸਾਰੇ ਸਾਥੀ ਗਏ, ਲੇਕਿਨ ਇਹ ਹਰ ਸੰਗਰਾਂਦ ਨੂੰ ਆ ਕੇ ਜ਼ਰੂਰ ਉੱਥੇ ਆ ਕੇ ਸਾਡੇ ਨਾਲ ਸਾਥ ਦਿੰਦੇ ਆ। ਥਾਣਾ ਕੱਥੂ ਨੰਗਲ ਵੱਲੋਂ 15,000 ਮਿਲੀਲੀਟਰ ਨਜਾਇਜ਼ ਸ਼ਰਾਬ ਅਤੇ 80 ਕਿਲੋ ਲਾਹਨ ਬਰਾਮਦ ਕਰ ਇੱਕ ਦੋਸ਼ੀ ਨੂੰ ਕਾਬੂ ਕੀਤਾ ਗਿਆ ਹੈ। ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ, ਫਾਸਟਵੇ ਮੂਵੀ ਚੈਨਲ ਨੰਬਰ 241 ਤੇ, ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ, ਫਾਸਟਵੇ ਮਿਊਜ਼ਿਕ ਚੈਨਲ ਨੰਬਰ 243 ਤੇ, ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556, ਸ਼੍ਰੀ ਦੁਰਗਿਆਨਾ ਤੀਰਥ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ। ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ। ਫਾਸਟਵੇ ਦੇ ਲੋਕਲ ਚੈਨਲਾਂ ਤੇ ਐਡਵਰਟੀਜ਼ਮੈਂਟ ਦੇਣ ਲਈ ਫੋਨ ਨੰਬਰ 7009300883 ਤੇ ਸੰਪਰਕ ਕੀਤਾ ਜਾ ਸਕਦਾ ਹੈ। ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਤੁਸੀਂ ਵੇਖੋਗੇ NRI ਵੱਲੋਂ ਪਿੰਡ ਚੀਚਾ ਵਿਖੇ ਖੋਲਿਆ ਗਿਆ ਕਮਿਊਨਿਟੀ ਹਾਲ। ਇਹਦੇ ਕੁਝ ਹੋਰ ਖਬਰਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। तुझे देखा हुआ पागल पागल बार बार जैसे पारल पारल पासा जाने जा पर मेरी यामा लंबे 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 है द थ्रॉटल लेट मी मेक यू मूव लेट मी मेक यू मूव कम बैड बॉय बेबी वन मोर थोड़ा क्रैक जान लेवा रे से मेरा स्वैग लेट मी मेक यू मूव लेट मी मेक यू मूव ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਆਮ ਤੌਰ ਤੇ ਪਰਦੇਸ ਵਿੱਚ ਵਸਣ ਤੋਂ ਬਾਅਦ ਲੋਕ ਆਪਣੇ ਪਿੰਡ ਤੇ ਦੇਸ਼ ਨੂੰ ਭੁੱਲ ਜਾਂਦੇ ਹਨ, ਪਰ ਕੁਝ ਚੋਣਵੇਂ ਲੋਕ ਅਜਿਹੇ ਵੀ ਹਨ ਜੋ ਉਮਰ ਭਰ ਇਸ ਨੂੰ ਨਹੀਂ ਭੁੱਲਦੇ। ਇਹਨਾਂ ਵਿੱਚ ਅਮਰੀਕਾ ਵਿੱਚ ਵਸੇ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਚੀਚਾ ਦਾ ਰਹਿਣ ਵਾਲਾ ਕਾਰਜ ਸਿੰਘ ਵੀ ਸ਼ਾਮਲ ਹੈ। 43 ਸਾਲ ਪਹਿਲਾਂ ਪਿੰਡ ਛੱਡ ਕੇ ਵਿਦੇਸ਼ ਚਲੇ ਗਏ ਕਾਰਜ ਸਿੰਘ ਨੇ ਪਿੰਡ ਵਿੱਚ ਕਮਿਊਨਿਟੀ ਹਾਲ ਖੋਲ੍ਹਿਆ, ਜਿੱਥੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਵਿਕਾਰਾਂ ਤੋਂ ਬਚਾਉਣ ਲਈ ਸਿੱਖੀ ਦੀ ਮੁਫ਼ਤ ਵਿੱਦਿਆ ਦਿੱਤੀ ਜਾਵੇਗੀ ਅਤੇ ਇਸ ਦਾ ਪ੍ਰਚਾਰ ਵੀ ਕੀਤਾ ਜਾਵੇਗਾ ਤਾਂ ਜੋ ਲੋਕ ਆਪਸ ਵਿੱਚ ਜੁੜੇ ਰਹਿਣ। ਸੰਧੂ ਪਰਿਵਾਰ ਨੂੰ ਭਾਈ ਸਾਹਿਬ ਭਾਈ ਬਲਸੀਰ ਸਿੰਘ ਜੀ, ਭਾਈ ਸਾਹਿਬ ਭਾਈ ਕਰ ਸਿੰਘ ਜੀ, ਉਹਨਾਂ ਦੇ ਸਾਰੇ ਸਹਿਯੋਗੀਆਂ ਨੂੰ, ਐਨਆਰਆਈ ਇਲਾਕੇ ਦੀਆਂ ਸੰਗਤਾਂ ਨੂੰ ਵਧਾਈ ਦਿੰਦਾ ਕਿ ਜਿਹਨਾਂ ਨੇ ਇਸ ਦੁਨੀਆਂ ਦੇ ਵਿੱਚ ਆਣ ਕੇ, ਸੰਸਾਰ 'ਚ ਆਣ ਕੇ, ਮਨੁੱਖ ਜਾਮੇ ਦੇ ਵਿੱਚ ਮਨੁੱਖ ਜਾਮੇ ਨੂੰ ਸਮਝਦਿਆਂ ਦੋ ਗੱਲਾਂ ਕੀਤੀਆਂ ਨੇ ਕਿ ਇੱਕ ਵਿੱਦਿਆ ਦੇ ਵਿੱਚ ਵੀ ਉਹ ਦਾਨ ਦੇ ਰਹੇ ਨੇ, ਵਿੱਦਿਆ ਲਏਗਾ ਤਾਂ ਸੰਸਾਰ ਦੇ ਸਿਫਤ ਵੀ ਸਮਝਣਗੇ ਅਤੇ ਗੁਰੂ ਸ਼ਬਦ ਨਾਲ ਜੁੜਨ 'ਤੇ ਵੀ ਜਿਹੜੀ ਪ੍ਰੇਰਨਾ ਇਹ ਸੰਸਥਾ ਤੋਂ ਮਿਲਣੀ ਹੈ, ਦੋਨੋਂ ਗੱਲਾਂ ਮਨੁੱਖ ਵਾਸਤੇ ਬਹੁਤ ਜ਼ਰੂਰੀ ਹੈ। ਅਸੀਂ ਸਿੱਖਿਆ ਅਤੇ ਸਿਹਤ ਵਾਸਤੇ ਕੰਮ ਕਰ ਰਹੇ ਹਾਂ ਜੀ, ਲੋਕਾਂ ਨੂੰ ਸਿੱਖਿਆ ਦੇ ਵਾਸਤੇ ਗਾਈਡ ਕਰ ਲਈਏ, ਬੱਚੇ ਪੜ੍ਹ ਸਕਣ, ਉਹ ਤੋਂ ਸਿਹਤ ਵਾਸਤੇ ਜਿਹੜੇ ਲੋਕਾਂ ਨੂੰ ਮਤਲਬ ਆਪਾਂ ਆਮ ਤੁਹਾਨੂੰ ਪਤਾ ਬਹੁਤ ਜ਼ਿਆਦਾ ਕਮੀਆਂ ਪੇਸ਼ੀਆਂ ਹੈਗੀਆਂ ਵਾ,
ਉਹ ਅਸੀਂ ਇੱਥੇ ਕਾਫੀ ਲੋਅ ਕੋਸਟ ਦੇ ਉੱਤੇ ਅਸੀਂ ਦਵਾਈਆਂ ਦੇ ਕੇ ਉਹਨਾਂ ਨੂੰ ਠੀਕ ਕਰਨ ਦਾ ਸਾਡਾ ਉਪਰਾਲਾ। ਨੌਜਵਾਨ ਪੀੜ੍ਹੀ ਨੂੰ ਇਹੋ ਕਿ ਵਧੀਆ ਤੋਂ ਵਧੀਆ ਕੰਮ ਕਰਨ, ਚੰਗੇ ਪੜ੍ਹਾਈ ਕਰਨ ਔਰ ਚੰਗੇ ਪੜ੍ਹ ਕੇ ਚੰਗੇ ਅਫਸਰ ਬਣਨ, ਬਾਹਰ ਜਾਣ ਦਾ ਰੁਝਾਨ ਥੋੜ੍ਹਾ ਘੱਟ ਕਰਨ, ਠੀਕ ਹੈ ਨਾ, ਪੰਜਾਬ ਨੂੰ ਖਾਲੀ ਨਾ ਕਰਨ। ਮੈਨੂੰ ਸਾਰਿਆਂ ਨੂੰ ਹੀ, ਇੱਥੋਂ ਵਾਲਿਆਂ ਨੂੰ ਵੀ ਅਤੇ ਬਾਹਰ ਵਾਲਿਆਂ ਨੂੰ ਵੀ ਮੇਰਾ ਇਹੋ ਹੀ ਸੰਦੇਸ਼ ਆ, ਜੇ ਤੁਹਾਡੇ ਕੋਲ ਪੈਸੇ ਹੈਗੇ ਨੇ ਅਤੇ ਮਨੀ ਉਹਨਾਂ ਨੂੰ ਬਿਲੋਂਗ ਕਰਦਾ ਵਾ ਜਿਨ੍ਹਾਂ ਨੂੰ ਮਨੀ ਸਪੈਂਡ ਕਰਨਾ ਆਉਂਦਾ, ਜਿਵੇਂ ਮਨੀ ਬਿਲੋਂਗ ਟੂ ਦੋਜ਼ ਪੀਪਲ ਹੂ ਨਾਓ ਹਾਊ ਟੂ ਸਪੈਂਡ ਇਟ। ਓਕੇ, ਜੇ ਵੀ ਹੈਵ ਸੋ ਮੱਚ ਮਨੀ ਕਿਤੇ ਪਿਆ ਹੋਇਆ ਵਾ ਅਤੇ ਹੈਜ਼ ਨੋ ਵੈਲਿਊ ਨਾ ਮੈਂ ਜੀ। ਮਨੀ ਦਾ ਇਹ ਹੈ ਕਿ ਪੈਸੇ ਦਾ ਹੁੰਦਾ ਵੀ ਤੁਸੀਂ ਖਰਚ ਕਰੋ, ਸਮਾਜ ਜਿਹੜੀ ਆ ਸਮਾਜ ਭਲਾਈ ਆ ਉਹਦੇ ਵਿੱਚ ਲਾਓ ਅਤੇ ਲੋਕਾਂ ਦਾ ਜੋ ਜੀਵਨ ਆ ਉਹਨੂੰ ਥੋੜ੍ਹਾ ਜਿਹਾ ਬੈਟਰ ਕੀਤਾ ਜਾਵੇ। ਪਿੰਡ ਚੀਚਾ ਦੇ ਰਹਿਣ ਵਾਲੇ ਕਾਰਜ ਸਿੰਘ ਜੋ ਕਿ ਪਿਛਲੇ 27 ਸਾਲਾਂ ਤੋਂ ਅਮਰੀਕਾ ਦੀ ਧਰਤੀ 'ਤੇ ਰਹਿ ਰਹੇ ਹਨ, ਅੱਜ ਉਹਨਾਂ ਨੇ ਪਿੰਡ ਚੀਚਾ ਵਿਖੇ ਇੱਕ ਨਵੀਂ ਇਮਾਰਤ ਦੀ ਸ਼ੁਰੂਆਤ ਕੀਤੀ ਜਿੱਥੇ ਸਿੱਖਿਆ ਅਤੇ ਸਿਹਤ ਦਾ ਕੰਮ ਕੀਤਾ ਜਾਣਾ ਹੈ। ਵੱਖ ਵੱਖ ਬੁਲਾਰਿਆਂ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਕਾਰਜ ਸਿੰਘ ਵੱਲੋਂ ਜਿਹੜਾ ਕੰਮ ਕੀਤਾ ਗਿਆ ਇੱਕ ਸ਼ਲਾਘਾਯੋਗ ਕਦਮ ਹੈ। ਅੰਮ੍ਰਿਤਸਰ ਫਾਸਟਵੇ ਖਬਰਨਾਮਾ ਲਈ ਕੈਮਰਾਮੈਨ ਪਰੇ ਸ਼ਰਮਾ ਦੇ ਨਾਲ ਰਕੇਸ਼ ਕੁਮਾਰ। ਅਮਰ ਸ਼ਹੀਦ ਬਾਬਾ ਜੀਵਨ ਸਿੰਘ ਨਿਸ਼ਕਾਮ ਸੇਵਾ ਸੁਸਾਇਟੀ ਪੰਜਾਬ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਇਮਾਰਤ ਤਿਆਰ ਕੀਤੀ ਗਈ ਹੈ, ਜਿਸ ਵਿੱਚ ਕੈਪਟਨ ਚੰਨਨ ਸਿੰਘ ਸਿੱਧੂ ਸਾਹਿਬ ਦਾ ਬਹੁਤ ਵੱਡਾ ਸਹਿਯੋਗ ਕੀਤਾ ਗਿਆ। 13 ਅਪ੍ਰੈਲ 2024 ਨੂੰ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਜੀ ਦਾ ਵਿਸਾਖੀ ਵਾਲੇ ਦਿਨ ਗੁਰਦੁਆਰਾ ਸਾਹਿਬ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਵੱਖ ਵੱਖ ਕਵਿਸ਼ਰੀ ਅਤੇ ਢਾਡੀ ਜਥਿਆਂ ਵੱਲੋਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸਾਬਕਾ ਕੌਂਸਲਰ ਵਿਕਾਸ ਸੋਨੀ, ਪਰਮਜੀਤ ਚੋਪੜਾ, ਲਾਟੀ ਕੌਂਸਲਰ ਅਮਨ ਵੇਰਕਾ, ਸੇਵਾਦਾਰ ਸੁਰਜਨ ਸਿੰਘ ਮੱਟੂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਬੜਾ ਖੁਸ਼ੀ ਦਾ ਦਿਹਾੜਾ ਹੈ, ਜਿੱਥੇ ਵਿਸਾਖੀ ਹੈ ਉੱਥੇ ਸਾਡੇ ਖਾਲਸਾ ਪੰਥ ਦੀ ਅੱਜ ਜਿਹੜੀ ਉੱਥੇ ਸਥਾਪਨਾ ਦਿਹਾੜਾ ਵੀ ਬਹੁਤ ਵੱਡਾ ਦਿਹਾੜਾ। ਸੋ ਸਾਰੇ ਹਿੰਦੁਸਤਾਨ 'ਚ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸੋ ਸਾਡੇ ਗੁਰਦੁਆਰਾ ਸਾਹਿਬ ਬਾਬਾ ਜੀਵਨ ਸਿੰਘ ਜੀ ਦਾ ਗੁਰਦੁਆਰਾ, ਉਹਨਾਂ ਦੇ ਅੱਜ ਹਾਲ ਦਾ ਜਿਹੜਾ ਬੜੀ ਦੇਰ ਤੋਂ ਸਾਰੀ ਚੱਲ ਰਹੀ ਸੀ, ਅੱਜ ਉਹਦੀ ਸਾਰੀ ਪੂਰੀ ਹੋਈ ਔਰ ਪਹਿਲਾ ਪ੍ਰੋਗਰਾਮ ਮੈਂ ਸਮਝਦਾ ਅੱਜ ਵਿਸਾਖੀ ਦੇ ਦਿਹਾੜੇ 'ਤੇ ਜਿਹੜਾ ਕੀਤਾ ਗਿਆ ਹੈ। ਜਿਹੜਾ ਅੱਜ ਵਿਸਾਖੀ ਦਾ ਤਿਉਹਾਰ ਵੀ ਆ ਅਤੇ ਖਾਲਸਾ ਦਾ ਸਾਜਨਾ ਦਿਵਸ ਵੀ ਆ ਅਤੇ ਜਿਹੜਾ ਅੱਜ ਸਾਡੀ ਬਿਲਡਿੰਗ ਦਾ ਵੀ ਉਦਘਾਟਨ ਅੱਜ ਹੀ ਹੋਇਆ ਵਾ ਅਤੇ ਅਸੀਂ ਇਹ ਇਲਾਕੇ ਦੀ ਸੰਗਤ ਦਾ ਅਤੇ ਸਾਰੇ ਹੀ ਕੈਪਟਨ ਚੰਨਨ ਸਿੰਘ ਸਿੱਧੂ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪੂਰੇ ਇਲਾਕਾ ਨਿਵਾਸੀਆਂ ਨੂੰ ਅੱਜ ਅਨਗੜ੍ਹ ਗੁਰਦੁਆਰਾ ਸਾਹਿਬ ਦਾ ਉਦਘਾਟਨ ਹੋਇਆ ਨਵੀਂ ਬਿਲਡਿੰਗ ਦਾ, ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਪੂਰੇ ਇਲਾਕਾ ਨਿਵਾਸੀਆਂ ਦਾ, ਸ਼ਹਿਰ ਵਾਸੀਆਂ ਦਾ। ਜੀ ਟੀ ਰੋਡ ਨਹਿਰ ਦੇ ਪੁਲ ਤੇ ਟਰੱਕ ਦਾ ਪਿਛਲੇ ਪਾਸੇ ਦਾ ਸੱਜਾ ਟਾਇਰ ਅਚਾਨਕ ਫਟਣ ਕਰ ਹਾਦਸਾ ਵਾਪਰ ਗਿਆ। ਟਾਇਰ ਫਟਣ ਕਾਰਨ ਟਰੱਕ ਬੇਕਾਬੂ ਹੋ ਕੇ ਸੜਕ ਦੀ ਰੇਲਿੰਗ ਤੋੜ ਕੇ ਹੇਠਾਂ ਨਹਿਰ ਵਿੱਚ ਜਾ ਡਿੱਗਿਆ। ਜਾਣਕਾਰੀ ਦਿੰਦਿਆਂ ਹੋਇਆ ਅਮਰੀਕ ਸਿੰਘ ਡਰਾਈਵਰ ਪਿੰਡ ਥੋਬਾ ਰਮਦਾਸ ਨੇ ਦੱਸਿਆ ਕਿ ਉਹ ਇੰਦਰੀ ਹਰਿਆਣਾ ਤੋਂ ਖੰਡ ਲੱਦ ਕੇ ਅੰਮ੍ਰਿਤਸਰ ਜਾ ਰਿਹਾ ਸੀ ਕਿ ਅਚਾਨਕ ਟਾਇਰ ਫਟ ਜਾਣ ਕਾਰਨ ਹਾਦਸਾ ਵਾਪਰ ਗਿਆ। ਇਸ ਦੌਰਾਨ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਆਪਣੇ ਇੱਥੇ ਲਾਗੇ ਪੱਠੇ ਨਜ਼ਦੀਕ ਵੜਦੇ ਸੀ ਅਤੇ ਟਾਇਰ ਫਟਣ ਕਾਰਨ ਯਾਨੀ ਕਿ ਇਹ ਹਾਦਸਾ ਹੋਇਆ। ਟਰੱਕ ਡਿੱਗਾ ਹੈ ਅਤੇ ਟਰੱਕ ਨੂੰ ਵੀ ਟੈਂਕੀ ਫਟਣ ਦੇ ਨਾਲ ਯਾਨੀ ਕਿ ਅੱਗ ਵੀ ਲੱਗੀ ਹੋਈ ਸੀ ਅਤੇ ਨਹਿਰ ਤੋਂ ਪਾਣੀ ਭਰ ਕੇ ਜਾਣੀ ਕਿ ਉਹ ਅੱਗ ਬੁਝਾਈ। ਹਾਦਸਾ ਇਹ ਲਾਗੇ ਜਿਹੜੇ ਖੇਤਾਂ 'ਚ ਕੰਮ ਕਰਦੇ ਉਹ ਆਉਂਦੇ ਵੀ ਟਾਇਰ ਪਾਟਾ ਪਹਿਲਾਂ ਗੱਡੀ ਦਾ, ਹਾਂਜੀ ਟਾਇਰ ਪਾਟਣ ਦੇ ਨਾਲ ਹੋ ਰਿਹਾ। 50-55 ਤੇ ਚੱਲਦੀਆਂ ਹੀ ਆ, ਇਹਦੋਂ ਥੱਲੇ ਤਾਂ ਕੋਈ ਇਹਨਾਂ ਦਾ ਮੋਸ਼ਨ ਹੀ ਨਹੀਂ ਬਣਦਾ। ਖੁਸ਼ੀ ਜ਼ਾਹਿਰ ਕੀਤੀ ਗਈ ਅਤੇ ਲੱਡੂ ਵੰਡੇ ਗਏ। ਇਸ ਮੌਕੇ ਰਾਜਿੰਦਰ ਸ਼ਰਮਾ ਵੱਲੋਂ ਬਾਲਾ ਸਾਹਿਬ ਠਾਕਰੇ ਦੇ ਮਹਾਰਾਸ਼ਟਰ ਦੇ ਸੀਐਮ ਏਕਨਾਥ ਸ਼ਿੰਦੇ ਅਤੇ ਪੰਜਾਬ ਪ੍ਰਧਾਨ ਹਰੀਸ਼ ਸਿੰਗਲਾ ਵੱਲੋਂ ਟਿਕਟ ਦੇਣ ਲਈ ਧੰਨਵਾਦ ਕੀਤਾ ਗਿਆ।
ਇਸ ਮੌਕੇ ਇੰਦਰਜੀਤ ਸ਼ਰਮਾ, ਸ਼ਿਵ ਜੁਲਕਾ, ਵਿਪਿਨ ਜੁਲਕਾ, ਮਿੰਟੂ, ਅਨਿਲ ਚੋਪੜਾ ਅਤੇ ਤਰੁਣ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਸਭ ਤੋਂ ਪਹਿਲਾਂ ਤੇ ਮੈਂ ਮੀਡੀਆ ਦੇ ਥਰੂ ਸਾਰੇ ਪੰਜਾਬ ਵਾਸੀਆਂ ਨੂੰ, ਸਾਰੇ ਦੇਸ਼ ਵਾਸੀਆਂ ਨੂੰ ਵਿਸਾਖੀ ਦੇ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਕਿ ਅੱਜ ਬੜਾ ਸ਼ੁਭ ਦਿਹਾੜਾ ਤੇ ਅੱਜ ਦੇ ਸ਼ੁਭ ਦਿਹਾੜੇ ਤੇ ਹੀ ਸਾਡੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਦੇ ਪ੍ਰਮੁੱਖ ਔਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ ਜੀ ਔਰ ਕੈਪਟਨ ਅਭਿਜੀਤ ਜੀ ਔਰ ਸ਼੍ਰੀ ਹਰੀਸ਼ ਸਿੰਗਲਾ ਜੀ ਸਾਡੇ ਪੰਜਾਬ ਪ੍ਰਧਾਨ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਤੋਂ, ਜਿਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਜਿਤਾ ਕੇ ਮੈਨੂੰ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨ ਕੀਤਾ ਅੱਜ। ਔਰ ਮੈਂ ਸਾਰੇ ਆਪਣੇ ਦੋਸਤਾਂ ਮਿੱਤਰਾਂ ਦਾ ਸਾਰਿਆਂ ਦਾ ਦਿਲੀ ਧੰਨਵਾਦ ਕਰਦਾ ਕਿ ਜਿਨ੍ਹਾਂ ਦੀਆਂ ਰਹਿਨਮਾਈਆਂ ਹੇਠ ਜਿਹੜਾ ਇਹ ਆਪਾਂ ਇਲੈਕਸ਼ਨ ਲੜਾਂਗੇ ਔਰ ਵੱਧ ਚੜ੍ਹ ਕੇ ਜੋ ਵੀ ਸਾਰਿਆਂ ਦਾ ਯੋਗਦਾਨ ਹੋਊਗਾ ਇਹ ਪਾਉਣਗੇ। ਘਨਸ਼ਿਆਮ ਤੋਰੀ, ਜ਼ਿਲ੍ਹਾ ਚੋਣ ਅਫਸਰ ਅੰਮ੍ਰਿਤਸਰ ਅਤੇ ਨਿਕਾਸ ਕੁਮਾਰ ਚੇਅਰਪਰਸਨ, ਸਵੀਪ ਕਮ ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਹੇਠ ਸਵੀਪ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਬਰਿੰਦਰਜੀਤ ਸਿੰਘ, ਨੋਡਲ ਅਫਸਰ ਸਵੀਪ 017 ਅੰਮ੍ਰਿਤਸਰ ਕੇਂਦਰੀ ਨੇ ਦੱਸਿਆ ਕਿ ਵਿਸਾਖੀ ਦੇ ਦਿਹਾੜੇ ਤੇ ਪ੍ਰਿੰਸੀਪਲ ਆਰਟਸ ਐਂਡ ਕਰਾਫਟ ਸੰਸਥਾ ਹਾਲ ਕੇਡ ਅਤੇ ਪ੍ਰਿੰਸੀਪਲ BBKDAV ਕਾਲਜ ਦੀ ਅਗਵਾਈ ਹੇਠ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਰੰਗੋਲੀਆਂ ਤਿਆਰ ਕੀਤੀਆਂ ਗਈਆਂ। ਰੰਗੋਲੀਆਂ ਦਾ ਮੁੱਖ ਮਕਸਦ ਲੋਕਾਂ ਨੂੰ ਵੋਟਾਂ ਬਿਨਾਂ ਕਿਸੇ ਲਾਲਚ, ਜਾਤ ਪਾਤ, ਧਰਮ, ਭੇਦ ਭਾਵ ਅਤੇ ਬਿਨਾਂ ਕਿਸੇ ਦਬਾਅ ਦੇ ਨਿਰਪੱਖ ਹੋ ਕੇ ਵੋਟ ਦਾ ਇਸਤੇਮਾਲ ਕਰਨ ਬਾਰੇ ਜਾਗਰੂਕ ਕਰਨਾ ਹੈ। ਸਾਬਕਾ ਕੌਂਸਲਰ ਮੀਨੂ ਸਹਿਗਲ ਦੇ ਗ੍ਰਹਿ ਵਿਖੇ ਨਵਰਾਤਰਿਆਂ ਦੇ ਸੰਬੰਧ ਵਿੱਚ ਦੁਰਗਾ ਸਤੁਤੀ ਦੇ ਪਾਠ ਕੀਤੇ ਗਏ ਅਤੇ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਉਚੇਚੇ ਤੌਰ ਤੇ ਅੰਮ੍ਰਿਤਸਰ ਲੋਕ ਸਭਾ ਹਲਕਾ ਦੇ ਉਮੀਦਵਾਰ ਭਾਜਪਾ ਤਰਨਜੀਤ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸੰਧੂ, ਭਾਜਪਾ ਆਗੂ ਰਕੇਸ਼ ਗਿੱਲ, ਕਬੀਰ ਸ਼ਰਮਾ ਸਮੇਤ ਹੋਰ ਵੀ ਕਈ ਭਾਜਪਾ ਆਗੂ ਹਾਜ਼ਰ ਸਨ। ਅੱਜ ਸਾਡੇ ਘਰ ਨਵਰਾਤਰਿਆਂ ਵਾਲੇ ਮਾਤਾ ਜੀ ਦਾ ਚੌਂਕੀ ਸੀਗੀ, ਅਸੀਂ ਪਾਠ ਕੀਤਾ ਦੁਰਗਾ ਸਪਤਸ਼ਤੀ ਦਾ ਔਰ ਅਸੀਂ ਮੈਂ ਅੱਜ ਆਪਣੇ ਲੋਕ ਸਭਾ ਦੇ ਪ੍ਰਤਿਆਸ਼ੀ ਸ਼੍ਰੀ ਸਰਦਾਰ ਤਰਨਜੀਤ ਸੰਧੂ ਜੀ ਨੂੰ ਬੁਲਾਇਆ ਸੀਗਾ ਕਿ ਉਹ ਆਏ। ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਉਹ ਸਾਡੇ ਘਰ ਆਏ, ਸਾਡਾ ਮਾਨ ਵਧਾਇਆ। ਭਗਵਾਨ ਵਾਲਮੀਕਿ ਆਸ਼ਰਮ ਵਿਖੇ ਤੂਨਾ ਸਾਹਿਬ ਟਰੱਸਟ ਦੇ ਮੁਖੀ ਮਹੰਤ ਮਲਕੀਤ ਨਾਥ ਅਤੇ ਚੇਅਰਮੈਨ ਓਮ ਪ੍ਰਕਾਸ਼ ਗੱਬਰ ਦੀ ਅਗਵਾਈ ਹੇਠ ਖਾਲਸਾ ਸਾਜਨਾ ਦਿਵਸ, ਡਾਕਟਰ ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ ਅਤੇ ਸੇਵਾਦਾਰ ਭੰਡਾਰੀ ਨਾਥ ਦਾ ਜਨਮ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕੇਕ ਵੀ ਕੱਟਿਆ ਗਿਆ। ਸੇਵਾਦਾਰ ਬਲਵੰਤ ਨਾਥ, ਨਚੱਤਰ ਨਾਥ ਸ਼ੇਰਕਿਲ, ਕਰਨਵੇਰਕਾ ਸਮੇਤ ਸੰਤ ਸਮਾਜ ਨੇ ਹਾਜ਼ਰੀ ਭਰੀ। ਅੱਜ ਦਾ ਜੋ ਸ਼ੁਭ ਦਿਹਾੜਾ ਵਿਸਾਖੀ ਦਾ, ਪਾਵਣ ਵਾਲਮੀਕ ਤੀਰਥ ਦੇ ਉੱਤੇ ਜਿਹੜੀ ਉਹ ਲੱਖਾਂ ਸ਼ਰਧਾਲੂ ਪਾਵਣ ਵਾਲਮੀਕ ਤੀਰਥ ਦੇ ਉੱਤੇ ਨਤਮਸਤਕ ਹੋਣ ਵਾਸਤੇ ਆਏ ਨੇ, ਉਹਦੇ ਨਾਲ ਨਾਲ ਸਾਡਾ ਬੱਚਾ ਭੰਡਾਰੀ ਨਾਥ ਜੀ, ਉਹਨਾਂ ਦਾ ਵੀ ਜਨਮ ਦਿਹਾੜਾ ਜਿਹੜਾ ਉਹ ਬਹੁਤ ਹੀ ਸ਼ਰਧਾ ਦੇ ਭਾਵਨਾ ਦੇ ਨਾਲ ਮਨਾਇਆ ਗਿਆ ਵਾ। ਅੱਜ ਦਾ ਸ਼ੁਭ ਦਿਹਾੜਾ ਬੜਾ ਸ਼ਰਧਾ ਪੂਰਵਕ ਹੈ, ਜੋ ਕਿ 1699 ਈਸਵੀ ਦੇ ਵਿੱਚ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ। ਅੱਜ ਦਾ ਸ਼ੁਭ ਦਿਹਾੜਾ ਹੈ ਕਿ ਹਿੰਦੁਸਤਾਨ ਦੇ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਮਹਾਰਾਜ ਦਾ, ਜਿਹਨੇ ਹਿੰਦੁਸਤਾਨ ਨੂੰ ਸੰਵਿਧਾਨ ਦਿੱਤਾ, ਉਹਨਾਂ ਦਾ ਬਰਥਡੇ ਹੈ। ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਹਾੜਾ ਹੁਸੈਨਪੁਰਾ ਚੌਂਕ ਵਿਖੇ ਨਯਨ ਗਲੋਬਲ ਫਾਊਂਡੇਸ਼ਨ ਦੇ ਚੇਅਰਮੈਨ ਧੀਰਜ ਗਿੱਲ ਦੀ ਅਗਵਾਈ ਵਿੱਚ ਮਨਾਇਆ ਗਿਆ। ਇਸ ਮੌਕੇ ਸਕੱਤਰ ਨਗਰ ਨਿਗਮ ਸੁਸ਼ਾਂਤ ਪਾਟੀਆ, ਰੋਹਿਤ ਲੋਕੀ, ਲਲਿਤ ਪਹਿਲਵਾਨ, ਕਮਲ ਪਹਿਲਵਾਨ, ਵਰਤਾਨ ਭਗਤ, ਰੋਹਿਤ ਲਾਲੀ ਵੀ ਇਸ ਮੌਕੇ ਹਾਜ਼ਰ ਸਨ। ਦੇਖੋ ਜੀ, ਬੜੇ ਮੁਬਾਰਕ ਵਾਲਾ ਦਿਨ ਆ, ਅੱਜ ਮਹਾਨਾਇਕ ਬਾਬਾ ਸਾਹਿਬ ਜੀ ਦਾ ਬਰਥਡੇ ਆ, ਕੱਲ੍ਹ ਬਰਥਡੇ ਆ ਅਤੇ ਅੱਜ ਹੀ ਅਸੀਂ ਮਨਾ ਰਹੇ ਹਾਂ। ਇਹਨਾਂ ਦੇ ਸੰਵਿਧਾਨ ਨਾਲ ਹੀ ਪੂਰਾ ਦੇਸ਼ ਚੱਲ ਰਿਹਾ ਵਾ ਅਤੇ ਪੂਰਾ ਰੂਲ ਐਂਡ ਰੈਗੂਲੇਸ਼ਨ ਬੜੇ ਵਧੀਆ ਚੱਲ ਰਹੇ ਆ। ਅਸੀਂ ਬੜੇ ਖੁਸ਼ਕਿਸਮਤ ਹਾਂ ਕਿ ਅਸੀਂ ਉਸ ਦੇਸ਼ 'ਚ ਜਨਮ ਲਿਆ ਜਿਸ 'ਚ ਡਾਕਟਰ BR ਅੰਬੇਦਕਰ ਵਰਗੇ ਮਹਾਨਾਇਕ ਪੈਦਾ ਹੋਏ,
ਜਿਨ੍ਹਾਂ ਨੇ ਕਿ ਇੰਡੀਅਨ ਕਨਸਟੀਟਿਊਸ਼ਨ ਲਿਖਿਆ, ਜਿਹਦੇ ਕਾਰਨ ਜਿਹੜਾ ਵਾ ਅਸੀਂ ਅੱਜ ਖੁੱਲ੍ਹੀ ਹਵਾ 'ਚ ਸਾਹ ਲੈ ਰਹੇ ਹਾਂ। IHA ਫਾਊਂਡੇਸ਼ਨ ਕਲਕੱਤਾ ਦੇ ਚੇਅਰਮੈਨ ਸਰਦਾਰ ਸਤਨਾਮ ਸਿੰਘ ਆਲੂਵਾਲੀਆ 13 ਅਪ੍ਰੈਲ 1919 ਜਲਿਆਂਵਾਲਾ ਬਾਗ ਵਿਖੇ ਗੋਲੀ ਕਾਂਡ ਦੌਰਾਨ ਸ਼ਹੀਦ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਜਲਿਆਂਵਾਲਾ ਬਾਗ ਸ਼ਰਧਾ ਦੇ ਫੁੱਲ ਪੇਂਟ ਕੀਤੇ। ਇਸ ਮੌਕੇ ਚੇਅਰਮੈਨ ਸਰਦਾਰ ਸਤਨਾਮ ਸਿੰਘ ਆਲੂਵਾਲੀਆ ਨੇ ਜਲਿਆਂਵਾਲਾ ਬਾਗ ਸ਼ਹੀਦ ਪਰਿਵਾਰ ਸਮਿਤੀ ਦੇ ਪ੍ਰਧਾਨ ਮਹੇਸ਼ ਬਹਿਲ ਨੂੰ ਸਨਮਾਨਿਤ ਕੀਤਾ। ਅਸੀਂ IHA ਫਾਊਂਡੇਸ਼ਨ ਦੀ ਡੈਲੀਗੇਸ਼ਨ ਲੈ ਕੇ ਆਏ ਹਾਂ ਇੱਥੇ ਜਲਿਆਂਵਾਲਾ ਬਾਗ, ਜੋ ਕਿ ਬਹੁਤ ਹੀ ਇਤਿਹਾਸਿਕ ਹੈ ਔਰ ਨਵੀਂ ਪੀੜ੍ਹੀ ਦੀ ਜਿਹੜੀ ਸਾਡੇ ਯੂਥ ਆ ਰਹੇ ਹੈ ਉਹਨਾਂ ਨੂੰ ਸਾਨੂੰ ਇਹ ਸਭ ਜਿਹੜੇ ਹਿਸਟੋਰੀਕਲ ਇਵੈਂਟਸ ਹੋਏ ਸੀਗੇ ਜਿਨ੍ਹਾਂ ਦੇ ਵਿੱਚੋਂ ਫਰੀਡਮ ਸਾਨੂੰ ਆਜ਼ਾਦੀ ਮਿਲੀ ਸੀ ਉਹਨਾਂ ਨਾਲ ਜ਼ਰੂਰੀ ਹੈ ਕਿ ਅਸੀਂ ਉਹਨਾਂ ਨੂੰ ਇਹ ਦੱਸੀਏ। ਗੁਰਦੁਆਰਾ ਸੰਗਤ ਸਾਹਿਬ ਰਣਜੀਤ ਵਿਹਾਰ ਲੋਹਾਰਕਾ ਰੋਡ ਵਿਖੇ ਖਾਲਸੇ ਦੇ ਜਨਮ ਦਿਹਾੜਾ ਵਿਸਾਖੀ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਕੀਰਤਨ ਕਰ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਕੈਪਟਨ ਅਜੀਤ ਸਿੰਘ ਪਰਥਾ, ਨਿਰਮਲ ਸਿੰਘ, ਬਾਬਾ ਚੰਚਲ ਸਿੰਘ, ਬਲਜੀਤ ਸਿੰਘ, ਰਾਜੂ ਢਿੱਲੋਂ, ਪਰਮਜੀਤ ਕੌਰ, ਮੁੱਖ ਗ੍ਰੰਥੀ ਬਾਬਾ ਸੁਖਦੇਵ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਗੁਰਦੁਆਰਾ ਸੰਗਤ ਸਾਹਿਬ ਰਣਜੀਤ ਵਿਹਾਰ ਲੋਹਾਰਕਾ ਰੋਡ ਵਿਖੇ ਖਾਲਸਾ ਸਾਜਣਾ ਦਿਵਸ ਵਿਸਾਖੀ ਬਹੁਤ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਕਮੇਟੀ ਵੱਲੋਂ ਸਾਰੀਆਂ ਸੰਗਤਾਂ ਨੂੰ ਖਾਲਸਾ ਸਥਾਪਨਾ ਦਿਵਸ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਜਾਂਦੀਆਂ ਹਨ। ਅੱਜ 2 ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਮੰਦਿਰ ਮਾਤਾ ਲਾਲ ਦੇਵੀ ਮਾਡਲ ਟਾਊਨ ਵਿਖੇ ਸੰਗਰਾਂਦ ਦਾ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮਹੰਤ ਦੇਵੀ ਦਾਸ ਵੱਲੋਂ ਨਾਮ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਵਿਸਾਖ ਦਾ ਮਹੀਨਾ ਸ਼ਨੀਵਾਰ, ਵਿਸਾਖ ਦਾ ਮਹੀਨਾ ਸ਼ਨੀਵਾਰ, ਵਿਸਾਖ ਦਾ ਮਹੀਨਾ ਸ਼ਨੀਵਾਰ, ਸੁਣਨ ਵਾਲਿਆਂ ਦਾ ਭਲਾ, ਸੁਣਾਉਣ ਵਾਲਿਆਂ ਦਾ ਭਲਾ, ਸਭ ਤੇ ਸਰਕਣਾ ਬੀਤੀ ਭਾਗੀ ਭਰਿਆ, ਮਾਲ ਮੁਖ ਤੇ ਮਹਾਰਾਣੀ ਸੁੱਖ ਰੱਖਣਾ, ਨਾਮ ਦਾਨ ਬਖਸ਼ਣਾ, ਚਰਨਾਂ ਦਾ ਧਿਆਨ ਬਖਸ਼ਣਾ, ਮਹਾਰਾਣੀ ਕਿਰਪਾ ਰੱਖਣਾ, ਤੁਹਾਡੇ ਨਾਮ ਦੀ ਜੈ ਜੈਕਾਰ ਹੋਵੇ, ਨਾਮ ਦੀ ਜੈ ਜੈਕਾਰ ਹੋਵੇ, ਸੋਮਵਾਰ ਪਰਸੋਂ ਹਵਨ ਵੀ ਹੋਏਗਾ। ਡਾਕਟਰ ਰੋਟੇਰੀਅਨ ਅਮਰਜੀਤ ਸਿੰਘ ਸਚਦੇਵਾ ਨੇ ਵਿਸਾਖੀ ਦੇ ਮੌਕੇ ਤੇ ਮੁਬਾਰਕਬਾਦ ਦਿੱਤੀ। ਉੱਥੇ ਜਲਿਆਂਵਾਲਾ ਬਾਗ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਖਿਆ ਗਿਆ ਕਿ ਅੱਜ ਦੇ ਦਿਨ ਜਲਿਆਂਵਾਲਾ ਬਾਗ ਦਾ ਸਾਕਾ ਵੀ ਹੋਇਆ ਸੀ ਅਤੇ ਦੇਸ਼ ਆਜ਼ਾਦ ਕਰਾਉਣ ਲਈ ਕਈ ਸ਼ਹੀਦੀਆਂ ਹੋਈਆਂ ਸੀ ਅਤੇ ਅੱਜ ਉਹਨਾਂ ਸ਼ਹੀਦਾਂ ਨੂੰ ਵੀ ਨਮਨ ਕਰਦੇ ਹਾਂ। ਅੱਜ ਵਿਸਾਖੀ ਦੇ ਮੌਕੇ 'ਤੇ ਆਪਣੇ ਅੰਮ੍ਰਿਤਸਰ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ ਅਤੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਦਿੰਦਾ ਹਾਂ। ਅਤੇ ਅੱਜ ਦੇ ਮੌਕੇ 'ਤੇ, ਅੱਜ ਦੇ ਦਿਨ ਕਿਸਾਨ ਆਪਣੀਆਂ ਪੱਕੀਆਂ ਫਸਲਾਂ ਨੂੰ ਦੇਖ ਕੇ ਖੁਸ਼ ਹੁੰਦਾ ਹੈ ਅਤੇ ਖੁਸ਼ੀਆਂ ਮਨਾਉਂਦਾ ਹੈ, ਪਰ ਇਸ ਦੇ ਨਾਲ ਹੀ ਇੱਕ ਬੜੀ ਕੌੜੀ ਯਾਦ ਵੀ ਜੁੜੀ ਹੈ। 1919 ਦੀ ਵਿਸਾਖੀ ਵਾਲੇ ਦਿਨ ਜਲਿਆਂਵਾਲੇ ਬਾਗ ਦਾ ਸਾਕਾ ਹੋਇਆ ਸੀ, ਜਿੱਥੇ ਸਾਡੇ ਪੰਜਾਬੀਆਂ ਨੇ, ਬਹੁਤ ਸਾਰਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ। ਸ਼ਿਵਾਲਾ ਬਾਗ ਪਾਈਆਂ ਮੰਦਿਰ ਕਮੇਟੀ ਵੱਲੋਂ ਨਵਰਾਤਰਿਆਂ ਦੇ ਸੰਬੰਧ ਵਿੱਚ 9 ਤੋਂ 12:30 ਵਜੇ ਤੱਕ ਜਾਗਰਣ ਕੀਤੇ ਜਾ ਰਹੇ ਹਨ। ਇਹ ਜਾਗਰਣ 9 ਤੋਂ 16 ਅਪ੍ਰੈਲ ਤੱਕ ਕੀਤੇ ਜਾਣਗੇ। ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਕੇ ਮਹਾਮਾਈ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਹਨ। ਇਸ ਮੌਕੇ ਸਾਬਕਾ ਪ੍ਰਧਾਨ ਰਾਮਪਾਲ ਚਤਰਤ, ਕਾਰਜਕਾਰੀ ਪ੍ਰਧਾਨ ਸੰਜੇ ਅਰੋੜਾ, ਸ਼ਿਵਾਲਾ ਬਾਗ ਪਾਈਆਂ ਦੇ PRO ਵਿਜੇ ਰੋਲੀ, ਸਕੱਤਰ ਅਸ਼ਵਨੀ ਸ਼ਰਮਾ, ਅਸ਼ੋਕ ਸ਼ਰਮਾ ਅਤੇ ਸੁਰੇਸ਼ ਸੂਤ, ਸੁਰੇਸ਼ ਮਹਾਜਨ ਵੀ ਹਾਜ਼ਰ ਸਨ। ਪ੍ਰਸਿੱਧ ਭਜਨ ਮੰਡਲੀਆਂ ਹਾਜ਼ਰੀਆਂ ਪਾ ਰਹੀਆਂ ਹਨ। ਦੁਰਗਿਆਨਾ ਮੰਦਿਰ ਦੇ ਸ਼ੀਤਲਾ ਮਾਤਾ ਮੰਦਿਰ ਵਿਖੇ ਨਵਰਾਤਰਿਆਂ ਦੇ ਸੰਬੰਧ ਵਿੱਚ ਸੰਕੀਰਤਨ ਕੀਤਾ ਗਿਆ।
ਇਸ ਮੌਕੇ ਜਨਰਲ ਸੈਕਟਰੀ ਅਰੁਣ ਖੰਨਾ ਵੀ ਹਾਜ਼ਰ ਸਨ। ਮੰਦਿਰ ਮਾਤਾ ਲਾਲ ਦੇਵੀ ਮਾਡਲ ਟਾਊਨ ਵਿਖੇ ਨਵਰਾਤਰਿਆਂ ਦੇ ਸੰਬੰਧ ਵਿੱਚ ਸੰਕੀਰਤਨ ਕੀਤੇ ਜਾ ਰਹੇ ਹਨ। ਇਸ ਮੌਕੇ ਸੰਜੇ ਸਾਵਰੀਆ ਵੱਲੋਂ ਸੰਕੀਰਤਨ ਕਰ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸ਼੍ਰੀ ਮੁਕਤੀ ਨਾਰਾਇਣ ਧਾਮ ਵੈਂਕਟੇਸ਼ ਮੰਦਿਰ ਤਿਰੁਪਤੀ ਬਾਲਾਜੀ ਮੰਦਿਰ ਗ੍ਰੀਨਫੀਲਡ ਮਜੀਠਾ ਰੋਡ ਵਿਖੇ ਮੰਗਲਵਾਰ ਤੋਂ ਨਵਰਾਤਰੇ ਮੌਕੇ ਦੇਵੀ ਭਗਵਤੀ ਦਾ ਦੀਵਾ ਜਗਾਇਆ ਗਿਆ। ਮੰਦਿਰ ਵਿੱਚ ਮਾਂ ਭਗਵਤੀ ਦਾ ਵਿਸ਼ਾਲ ਦਰਬਾਰ ਬਣਾਇਆ ਗਿਆ। ਮੰਦਿਰ ਟਰੱਸਟ ਦੇ ਬੁਲਾਰੇ ਚਰਨਜੀਤ ਅਗਨੀਹੋਤਰੀ, ਕ੍ਰਿਸ਼ਨ ਦੇਵ ਅਗਨੀਹੋਤਰੀ, ਚਰਨਜੀਤ ਭਾਸਕਰ, ਸੁਨੀਲ ਉੱਪਲ, ਰਵੀ ਸ਼ਰਮਾ, ਰੁਪੇਸ਼ ਗੋਇੰਕਾ, ਭਾਰਤ ਭੂਸ਼ਣ ਗੁਪਤਾ, ਰਾਮਜੀ ਦਾਸ, ਨਵਦੀਪ ਫਰੈਂਕੀ, ਹਰਿਕ੍ਰਿਸ਼ਨ ਚਾਵਲਾ, ਸੁਨੀਲ ਉੱਪਲ, ਵਸੂਦਾ ਅਗਨੀਹੋਤਰੀ, ਅਲੀਸ਼ਾ ਅਗਨੀਹੋਤਰੀ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਸੇਵਾ ਕੁੰਜ ਸ਼੍ਰੀ ਹਨੂੰਮਾਨ ਸੇਵਾ ਪਰਿਵਾਰ ਕਮੇਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੱਸਿਆ, ਸ਼੍ਰੀ ਹਨੂੰਮਾਨ ਸੇਵਾ ਪਰਿਵਾਰ ਕਮੇਟੀ ਵੱਲੋਂ ਸ਼੍ਰੀ ਅਨਿਲ ਮਲਿਕ ਦੇ ਨਿਵਾਸ ਵਿਖੇ ਕਰਵਾਇਆ ਜਾ ਰਹੇ ਮਾਤਾ ਦੇਵੀ ਦੇ 50ਵੇਂ ਨਵਰਾਤਰਿਆਂ ਦੇ ਸੰਬੰਧ ਵਿੱਚ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਗਿਆ ਅਤੇ ਅਰਦਾਸ ਦਾ ਗਾਇਨ ਕੀਤਾ ਗਿਆ। ਗਾਇਕ ਰੋਹਿਤ ਅਰੋੜਾ ਨੇ ਮਾਤਾ ਜੀ ਦਾ ਗੁਣਗਾਨ ਕੀਤਾ। ਇਸ ਮੌਕੇ ਪੰਕਜ ਚੌਧਰੀ, ਸੰਜੇ ਗੁਪਤਾ, ਗੋਪਾਲ ਖੰਨਾ, ਵਿਪਿਨ ਜਿਲਕਾ, ਅਸ਼ੋਕ ਸ਼ਰਮਾ, ਰਵੀ ਮਲਹੋਤਰਾ, ਲੋਕੇਸ਼ ਵਾਲੀਆ, ਸੁਰਿੰਦਰ ਮੱਕੜ, ਜਗਮੋਹਨ ਮੱਕੜ, ਸੰਦੀਪ ਅਰੋੜਾ, ਜਤੇਂਦਰ ਚੌਧਰੀ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਬਾਵਾ ਲਾਲ ਜੀ ਚੌਂਕ ਕਰਮਿਓ ਡਿਊੜੀ ਵਿਖੇ ਸੰਗਰਾਂਦ ਦਾ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮਹੰਤ ਅਨੰਦ ਦਾਸ ਮਹਾਰਾਜ ਜੀ ਵੱਲੋਂ ਵਧਾਈ ਦਿੱਤੀ ਗਈ। ਕਾਲੀ ਮਾਤਾ ਮੰਦਿਰ ਟਾਪ ਵਸਤੀ ਰਾਮ ਵਿਖੇ ਨਵਰਾਤਰਾ ਦੇ ਸੰਬੰਧ ਵਿੱਚ ਸੰਕੀਰਤਨ ਕੀਤੇ ਜਾ ਰਹੇ ਹਨ। ਗੁਫਾ ਵਾਲਾ ਮੰਦਿਰ ਕਟੜਾ ਖਜ਼ਾਨਾ ਮਨੋਜ ਜੀ ਮਹਾਰਾਜ ਦੀ ਅਗਵਾਈ ਹੇਠ ਨਵਰਾਤਰਾ ਦੇ ਸੰਬੰਧ ਵਿੱਚ ਮਹਾਰਾਣੀ ਦਾ ਗੁਣਗਾਨ ਕੀਤਾ ਜਾ ਰਿਹਾ ਹੈ। ਗਲੀ ਮਾਈ ਰਾਮ ਵੈਸ਼ਨੋ ਦਰਬਾਰ ਵਿਖੇ ਨਵਰਾਤਰਿਆਂ ਦੇ ਸੰਬੰਧ ਵਿੱਚ ਸੰਕੀਰਤਨ ਕੀਤੇ ਜਾ ਰਹੇ ਹਨ। ਗੁੱਬੀ ਬੇਰੀ
ਮੰਦਿਰ ਵਿਖੇ ਨਵਰਾਤਰਿਆਂ ਦੇ ਸੰਬੰਧ ਵਿੱਚ ਪ੍ਰਮੋਦ ਪਾਟੀਆ ਦੀ ਅਗਵਾਈ ਹੇਠ ਮਾਤਾ ਰਾਣੀ ਦਾ ਗੁਣਗਾਨ ਕੀਤਾ ਜਾ ਰਿਹਾ ਹੈ। ਚੌਂਕ ਚਿੰਤਪੁਰਨੀ ਮੰਦਿਰ ਵਿਖੇ ਨਵਰਾਤਰਿਆਂ ਦੇ ਸੰਬੰਧ ਵਿੱਚ ਸੰਕੀਰਤਨ ਕਰ ਸੰਗਤਾਂ ਨੂੰ ਨਿਹਾਲ ਕੀਤਾ ਜਾ ਰਿਹਾ ਹੈ। ਟੂੰਡਾ ਤਲਾਬ ਵਿਖੇ ਸੋਨੂ ਪਵਨ ਜੀ ਮਹਾਰਾਜ ਚੌਂਕੀ ਨਵਰਾਤਰੀ ਦੇ ਮੌਕੇ ਤੇ ਸੰਕੀਰਤਨ ਕਰਵਾਇਆ ਗਿਆ। ਇਸ ਮੌਕੇ ਰਾਜੀਵ ਵਨੇਜਾ, ਵਿਪਿਨ ਖੰਨਾ, ਅਸ਼ੋਕ ਵਰਮਾ, ਸੁਨੀਲ ਆਨੰਦ, ਮਨਜੀਤ ਹਾਜ਼ਰ ਸਨ। ਨਵਰਾਤਰੀ ਦੇ ਮੌਕੇ ਤੇ ਰੋਜ਼ਾਨਾ ਖਿਡੌਣਿਆਂ ਵਾਲਾ ਬਾਜ਼ਾਰ ਵਿਖੇ ਕੀਰਤਨ ਕੀਤੇ ਜਾ ਰਹੇ ਹਨ। ਤੁਲਸੀਦਾਸ ਮੰਦਿਰ ਕਟੜਾ ਦੁੱਲੂ ਵਿਖੇ ਨਵਰਾਤਰਿਆਂ ਦੇ ਸੰਬੰਧ ਵਿੱਚ ਮਹਾਰਾਣੀ ਦਾ ਗੁਣਗਾਨ ਕੀਤਾ ਜਾ ਰਿਹਾ ਹੈ। ਕਾਲੀ ਮਾਤਾ ਮੰਦਿਰ ਦੁਰਗਿਆਨਾ ਆਬਾਦੀ ਦੇ ਮਹੰਤ ਸੰਜੇ ਸੇਠ ਦੀ ਪ੍ਰਧਾਨਗੀ ਹੇਠ ਨਵਰਾਤਰੀ ਮੌਕੇ ਰੋਜ਼ਾਨਾ ਸੰਕੀਰਤਨ ਕੀਤਾ ਜਾ ਰਿਹਾ ਹੈ। ਬਾਬਾ ਬਾਲਕ ਨਾਥ ਮੰਦਿਰ ਚੌਂਕ ਲੋਹਗੜ ਵਿਖੇ ਨਵਰਾਤਰੀ ਮੌਕੇ ਰੋਜ਼ਾਨਾ ਸੰਕੀਰਤਨ ਕੀਤਾ ਜਾ ਰਿਹਾ ਹੈ। ਸ਼ਕਤੀ ਡੇਰਾ ਰਾਧਾ ਵੱਲਭ ਮੰਦਿਰ ਲੋਹਗੜ ਗੇਟ ਵਿਖੇ ਨਵਰਾਤਰਿਆਂ ਦੇ ਸੰਬੰਧ ਵਿੱਚ ਰੋਜ਼ਾਨਾ ਸੰਕੀਰਤਨ ਕੀਤਾ ਜਾ ਰਿਹਾ ਹੈ। ਬਾਬਾ ਲਾਲ ਦਿਆਲ ਜੀ ਸੰਤੋਖਸਰ ਵਿਖੇ ਨਵਰਾਤਰਿਆਂ ਦੇ ਸੰਬੰਧ ਵਿੱਚ ਮਹੰਤ ਅਨੰਤ ਦਾਸ ਮਹਾਰਾਜ ਦੀ ਪ੍ਰਧਾਨਗੀ ਹੇਠ ਰੋਜ਼ਾਨਾ ਸੰਕੀਰਤਨ ਕਰ ਸੰਗਤਾਂ ਨੂੰ ਨਿਹਾਲ ਕੀਤਾ ਜਾ ਰਿਹਾ ਹੈ। ਸ਼ਿਵਾਲਾ ਕਿਲ੍ਹਾ ਪੰਕਿਆ ਵਿਖੇ ਨਵਰਾਤਰੇ ਮੌਕੇ ਰੋਜ਼ਾਨਾ ਸੰਕੀਰਤਨ ਕੀਤੇ ਜਾ ਰਹੇ ਹਨ। ਸ਼੍ਰੀ ਵੈਸ਼ਨੋ ਦਰਬਾਰ ਗਲੀ ਜੜਾਓ ਵਾਲੀ ਚੌਂਕ ਫੁੱਲਾਂ ਵਾਲਾ ਵਿਖੇ ਨਵਰਾਤਰੇ ਮੌਕੇ ਰੋਜ਼ਾਨਾ ਸੰਕੀਰਤਨ ਕੀਤੇ ਜਾ ਰਹੇ ਹਨ। ਸ਼੍ਰੀ ਆਰਤੀ ਸ਼ਿਵ ਦੁਰਗਾ ਮੰਦਿਰ ਕਰਤਾਰ ਨਗਰ ਛਿਆਟਾ ਅੰਮ੍ਰਿਤਸਰ ਵਿਖੇ ਪਰਮ ਸੰਤ ਅਦਵਾਸ ਸਰੂਪ ਸ਼੍ਰੀ ਆਰਤੀ ਦੇਵਾ ਜੀ ਮਹਾਰਾਜ ਜੀ ਦੀ ਪ੍ਰਧਾਨਗੀ ਹੇਠ ਸੰਗਰਾਂਦ ਤੇ ਵਿਸਾਖ ਦੇ ਮਹੀਨੇ ਦਾ ਉਚਾਰਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਿੱਸਾ ਲਿਆ। ਸ਼੍ਰੀ ਸ਼੍ਰੀ 1008 ਨਿਰਮਲੇ ਸੰਤ ਹਰ ਸਿੰਘ ਜੀ ਮਹਾਰਾਜ ਬਾਬਾ ਪੋੜੇਵਾਲਾ ਮੰਦਿਰ ਛਿਆਟਾ ਵਿਖੇ ਨਵਰਾਤਰਿਆਂ ਦੇ ਸੰਬੰਧ ਵਿੱਚ ਸੰਤ ਵਿਸ਼ਾਲ ਜੀ ਦੀ ਅਗਵਾਈ ਹੇਠ ਸ਼੍ਰੀ ਦੁਰਗਾ ਸਤੁਤੀ, ਸੰਕਟ ਮੋਚਨ ਅਤੇ ਹਨੂੰਮਾਨ ਚਾਲੀਸਾ ਦੇ ਪਾਠ 3 to 5 ਵਜੇ ਤੱਕ ਰੋਜ਼ਾਨਾ ਕੀਤੇ ਜਾ ਰਹੇ ਹਨ। ਮਾਤਾ ਕੌਸ਼ਲਿਆ ਦੇਵੀ ਜੀ ਵਿਸ਼ੇਸ਼ ਤੌਰ ਤੇ ਹਾਜ਼ਰੀਆਂ ਭਰ ਰਹੇ ਹਨ। ਚੇਅਰਮੈਨ ਅਸ਼ੋਕ ਕੁਮਾਰ ਬੇਦੀ, ਪ੍ਰਧਾਨ ਦੀਪਕ ਪਹਿਲ,
ਸੰਦੀਪ ਰਾਮਪਾਲ, ਦੀਪਕ ਰਾਮਪਾਲ, ਅਮਨ ਰਾਮਪਾਲ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀਆਂ ਪਾ ਰਹੀਆਂ ਹਨ। ਡੇਰਾ ਨਵ ਸ਼ਕਤੀ ਵੱਲੋਂ ਨਵਰਾਤਰਿਆਂ ਦੇ ਸੰਬੰਧ ਵਿੱਚ ਮੰਦਿਰ ਮਾਤਾ ਕੌਸ਼ਲਿਆ ਦੇਵੀ ਜਾਮਨ ਵਾਲੀ ਸੜਕ ਵਿਖੇ ਭਗਵਤੀ ਜਾਗਰਣ ਦਾ ਆਯੋਜਨ ਪ੍ਰਧਾਨ ਪ੍ਰਮੋਦ ਮਹਿਰਾ ਦੀ ਅਗਵਾਈ ਵਿੱਚ ਕੀਤਾ ਜਾ ਰਿਹਾ। ਇਸ ਮੌਕੇ ਪ੍ਰੇਮ ਸ਼ਰਮਾ, ਰੋਹਿਤ ਸ਼ਰਮਾ, ਪੰਕਜ ਸ਼ਰਮਾ ਵੱਲੋਂ ਮਹਾਮਾਈ ਦਾ ਗੁਣਗਾਨ ਕੀਤਾ ਜਾ ਰਿਹਾ। ਗੋਪਾਲ ਮੰਦਿਰ ਗੋਪਾਲ ਨਗਰ ਮਜਿਠਾ ਰੋਡ ਵਿਖੇ ਨਵਰਾਤਰਾਂ ਦੇ ਸੰਬੰਧ ਵਿੱਚ ਮਾਤਾ ਜੀ ਦੀ ਚੌਂਕੀ ਦਾ ਆਯੋਜਨ ਕੀਤਾ ਜਾ ਰਿਹਾ। ਇਸ ਮੌਕੇ ਪੰਜਾਬ ਦੀਆਂ ਮਸ਼ਹੂਰ ਪਾਰਟੀਆਂ ਵੱਲੋਂ ਮਹਾਮਾਈ ਦਾ ਗੁਣਗਾਨ ਕੀਤਾ ਜਾ ਰਿਹਾ। ਇਸ ਮੌਕੇ ਪ੍ਰੈਜ਼ੀਡੈਂਟ ਕੈਲਾਸ਼ ਕੱਲਰ, ਜਨਰਲ ਸੈਕਟਰੀ ਸੁਨੀਲ ਆਨੰਦ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰਾਕੇਸ਼ ਧੂਲੀ, ਵਾਈਸ ਪ੍ਰੈਜ਼ੀਡੈਂਟ ਨਰੇਸ਼ ਆਨੰਦ, ਫਾਈਨੈਂਸ ਸੈਕਟਰੀ ਗੌਰਵ ਸ਼ਰਮਾ, ਅਕਾਊਂਟ ਸੈਕਟਰੀ ਪੰਕਜ ਸੇਠੀ ਹਾਜ਼ਰ ਸਨ। ਨਵਰਾਤਰਿਆਂ ਦੇ ਸੰਬੰਧ ਵਿੱਚ ਸ੍ਰੀ ਰਘੁਨਾਥ ਮੰਦਿਰ ਵਿਜੇਨਗਰ ਬਟਾਲਾ ਰੋਡ ਵਿਖੇ ਮਾਤਾ ਜੀ ਦੀ ਚੌਂਕੀ ਦਾ ਆਯੋਜਨ ਕੀਤਾ ਜਾ ਰਿਹਾ। ਇਸ ਮੌਕੇ ਤੇ ਕ੍ਰਿਸ਼ਨਾ, ਲਾਲੀ, ਕਾਲਾ ਸੱਸੀ ਵੱਲੋਂ ਮਹਾਮਾਈ ਦਾ ਗੁਣਗਾਨ ਕੀਤਾ ਜਾ ਰਿਹਾ। ਪ੍ਰਧਾਨ ਜੋਗਿੰਦਰਪਾਲ ਸਰੀ, ਰਾਜਕੁਮਾਰ ਪੱਪੂ, ਕਮਲ ਕੁਮਾਰ, ਵਿਵੇਕ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਹਰਿਮੰਦਰ ਗੋਪਾਲ ਨਗਰ ਮਜੀਠਾ ਰੋਡ ਵਿਖੇ ਨਵਰਾਤਰਿਆਂ ਦੇ ਸੰਬੰਧ ਵਿੱਚ ਮਾਤਾ ਜੀ ਦੀ ਚੌਂਕੀ ਦਾ ਆਯੋਜਨ ਕੀਤਾ ਜਾ ਰਿਹਾ। ਇਸ ਮੌਕੇ ਪੰਜਾਬ ਦੀਆਂ ਮਸ਼ਹੂਰ ਪਾਰਟੀਆਂ ਮਹਾਮਾਈ ਦਾ ਗੁਣਗਾਨ ਕਰ ਰਹੀਆਂ ਹਨ। ਇਸ ਮੌਕੇ ਚਰਨਜੀਤ ਦੇਵਗਨ, ਸੁਰਿੰਦਰ ਮਹਾਜਨ, ਹੈਪੀ ਅਰੋੜਾ, ਮਦਨ ਮਹਾਜਨ, ਦੁਸ਼ਯੰਤ, ਸਤਪਾਲ ਠਾਕੁਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਨਵਰਾਤਰੀ ਦੇ ਮੌਕੇ ਤੇ ਪਰਮ ਸੰਤ ਅਦਵਾਤ ਸਰੂਪ ਸ੍ਰੀ ਆਰਤੀ ਦੇਵਾ ਮਹਾਰਾਜ ਜੀ ਦੇ ਪ੍ਰਧਾਨਗੀ ਹੇਠ 9 ਅਪ੍ਰੈਲ ਤੋਂ 16 ਅਪ੍ਰੈਲ ਤੱਕ ਪੰਚਾ ਰਮਾਇਣਾ ਦੇ ਪਾਠ ਅਤੇ ਸ੍ਰੀ ਦੁਰਗਾ ਸਪਤਸ਼ਤੀ, ਮਾਤਾ ਚੰਡੀ ਯੱਗ, ਪਰਮ ਸੰਤ ਅਦਵਾਤ ਸਰੂਪ ਸ੍ਰੀ ਆਰਤੀ ਦੇਵਾ ਜੀ ਦੀ ਪ੍ਰਧਾਨਗੀ ਹੇਠ ਸ੍ਰੀ ਦੁਰਗਾ ਮੰਦਿਰ ਕਰਤਾਰ ਨਗਰ ਛਿਆਟਾ ਵਿਖੇ ਮਾਤਾ ਜੀ ਦੀ ਚੌਂਕੀ ਸਮਾਗਮ ਸ਼ਾਮ 7 ਵਜੇ ਹੋਵੇਗਾ। ਮਹੰਤ ਹੇਮਕੁੰਜ ਬਦੂ ਮਹਾਰਾਜ ਜੀ ਵਰਿੰਦਾਵਨ ਅਤੇ ਵੱਖ ਵੱਖ ਭਜਨ ਜਥੇ 7 ਤੋਂ 10 ਵਜੇ ਤੱਕ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। 45ਵਾਂ ਪ੍ਰਕਾਸ਼ ਉਤਸਵ 16 ਅਪ੍ਰੈਲ ਦਿਨ ਮੰਗਲਵਾਰ ਨੂੰ ਅਸ਼ਟਮੀ ਵਾਲੇ ਦਿਨ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ। ਸ਼ਿਵ ਸ਼ਕਤੀ ਸ਼ਿਵ ਪਰਿਵਾਰ ਡੇਰੇ ਵੱਲੋਂ ਮਾਘੀ ਅਸ਼ਟਮੀ ਬੜੀ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਮਹੰਤ ਬ੍ਰਿਜ ਮੋਹਨ ਸ਼ਰਮਾ, ਪਵਨ ਸ਼ਾਸਤਰੀ, ਆਸ਼ੂ ਪਾਟਿਆ ਪਾਰਟੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫੇਰ ਤੋਂ। ਖਾਲਸਾ ਸਾਜਨਾ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਮੜਿਆ ਸੰਗਤਾਂ ਦਾ ਸੈਲਾਬ। ਵਿਸਾਖੀ ਦੇ ਮੌਕੇ ਤੇ ਸ੍ਰੀ ਦੁਰਗਿਆਨਾ ਮੰਦਿਰ ਵਿਖੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਠਾਕੁਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਾਕਾ ਜਲਿਆਂਵਾਲਾ ਬਾਗ ਨੂੰ ਹੋਏ 105 ਸਾਲ ਪੂਰੇ, ਸ਼ਹੀਦਾਂ ਨੂੰ ਭੇਂਟ ਕੀਤੀ ਸ਼ਰਧਾਂਜਲੀ। ਇਹ ਸਨ ਅੱਜ ਦੀਆਂ ਖਬਰਾਂ। ਹੁਣ ਅਸੀਂ ਮਿਲਾਂਗੇ ਅਗਲੇ ਬੁਲੇਟਿਨ ਵਿੱਚ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।